ਵਾਹਿਗੁਰੂ ਸਾਹਿਬ ਜੀਓ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਆਪਾ ਆਪ ਪ੍ਰਗਾਸ ਹੋਏ ਪੂਰਨ ਬ੍ਰਹਮ ਵਿਵੇਕ ਗੁਰ ਗੋਬਿੰਦ ਬਖਾਨੀਐ ਨਾਮ ਦੋਏ ਪ੍ਰਭ ਏਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਜੀ ਕੇ ਆਤਮ ਸਵਰੂਪ ਗਿਆਨ ਰੂਹਾਨੀਅਤ ਦੇ ਮੁਜਸਮੇ ਸਾਰੇ ਸੰਸਾਰ ਦੀ ਕੁੱਲ ਕਾਇਨਾਤ ਦੇ ਜੀਆਂ ਨੂੰ ਆਪਣੀ ਬੁੱਕਲ ਦੇ ਵਿੱਚ ਸਮੇਟ ਕੇ ਆਪਣੇ ਦਰ ਘਰ ਤੋਂ ਸਾਂਝੀਵਾਲਤਾ ਦਾ ਪ੍ਰੇਮ ਦਾ ਏਕਤਾ ਦਾ ਔਰ ਸਾਰੀ ਮਾਨਵਤਾ ਦੇ ਕਲਿਆਣ ਦਾ ਸਾਂਝਾ ਸੁਨੇਹਾ ਦੇਣ ਹਾਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾਲੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਸੰਗ ਸੁਭਾਏਮਾਨ ਹੋਏ ਬੈਠੇ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਹਿਬ ਸੰਗਤ ਜੀ ਜਿੰਨੇ ਵੀ ਗੁਰਸਿੱਖ ਮਾਈ ਭਾਈ ਗੁਰੂ ਕੇ ਚਰਨਾਂ ਕਮਲਾਂ ਦੇ ਪ੍ਰੇਮ ਵਾਲੇ ਆਪ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਰੋ ਸਾਏ ਚਰਨ ਛੋ ਪ੍ਰਾਪਤ ਪਵਿੱਤਰ ਅਸਥਾਨਾਂ 'ਤੇ ਜੁੜੇ ਹੋ ਔਰ ਬੜੇ ਵੱਡੇ ਭਾਗਾਂ ਦੀ ਗੱਲ ਹੈ ਧੰਨ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਔਰ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਿੰਨਾਂ ਪਾਤਸ਼ਾਹੀਆਂ ਜੀ ਦੇ ਇਹ ਪਵਿੱਤਰ ਚਰਨ ਛੋ ਪ੍ਰਾਪਤ ਅਸਥਾਨ ਨੇ ਔਰ ਗੁਰਬਾਣੀ ਦੇ ਪਾਵਨ ਵਾਕ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਮੇਰੇ ਪਾਤਸ਼ਾਹ ਜੀ ਨੇ ਫਰਮਾਇਆ ਹੈ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਸਤਿਗੁਰਾਂ ਦੀ ਬੜੀ ਕਿਰਪਾ ਬੜੀ ਰਹਿਮਤ ਹੋਈ ਹੈ ਔਰ ਜੋੜ ਮੇਲੇ ਦੇ ਰੂਪ ਅੰਦਰ ਆਪ ਗੁਰਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ ਔਰ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਅੰਮ੍ਰਿਤਸਰ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਪਹੁੰਚ ਚੁੱਕੇ ਨੇ ਔਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਅੱਜ ਬਖਸ਼ਿਸ਼ ਹੋਣੀ ਹੈ ਵੱਡੇ ਭਾਗਾਂ ਵਾਲੇ ਗੁਰਸਿੱਖਾਂ ਨੇ ਇਹ ਦਾਤ ਪ੍ਰਾਪਤ ਕਰਕੇ ਆਪਣਾ ਜਨਮ ਧੰਨ ਕਰਨਾ ਹੈ ਸੋ ਸਾਰੀ ਸੰਗਤ ਸੰਖੇਪ ਜਿਹੀਆਂ ਗੁਰਮਤ ਦੀਆਂ ਕੁਝ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਗੁਰੂ ਖਾਲਸਾ ਪੰਥ ਦੀਆਂ ਰਵਾਇਤਾਂ ਦੇ ਅਨੁਸਾਰ ਕਰੋ ਰਸਨਾ ਨੂੰ ਪਵਿੱਤਰ ਲਵਾਈਏ ਗੁਰੂ ਚਰਨਾਂ ਦੇ ਅੰਦਰ ਹਾਜ਼ਰੀਆਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਡੇ ਸਟੇਟ ਸੈਕਟਰੀ ਸਾਹਿਬ ਜੀ ਨੇ ਕੁਝ ਬੋਲ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਦੇ ਬਾਰੇ ਕਹੇ ਨੇ ਜਿਸ ਪਾਵਨ ਅਸਥਾਨ ਤੇ ਸਤਿਗੁਰਾਂ ਨੇ ਤਰਸ ਕਰਕੇ ਦਾਸਰੇ ਨੂੰ ਗੁਰੂ ਕੇ ਸ਼ਬਦ ਦੀਆਂ ਵਿਚਾਰਾਂ ਕਰਨ ਦੀ ਇਹ ਮਹਾਨ ਦਾਤ ਝੋਲੀ ਪਾਈ ਹੈ ਗੁਰੂ ਪਿਆਰ ਵਾਲਿਓ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਬਾਬਤ ਇਤਿਹਾਸ ਨੂੰ ਲਿਖਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਇੱਕ ਬਚਨ ਲਿਖਿਆ ਹੈ ਕਹਿਣ ਲੱਗੇ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਥਵੀ ਦਿਸ ਆਈ ਜਲਤੀ ਸ਼ਬਦ ਵਰਤਿਆ ਹੈ
ਆਪਾਂ ਜਾਣਦੇ ਹਾਂ ਜਲਤੀ ਦਾ ਮਤਲਬ ਹੈ ਸੜਦੀ ਹੋਈ। ਜਦੋਂ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਨਾ ਕਿ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ, ਆਪਾਂ ਬਚਨ ਗੁਰਬਾਣੀ ਦੇ ਵਿੱਚੋਂ ਇਹ ਪੜ੍ਹਦੇ ਹਾਂ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਅੱਗ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਇਆ ਹੈ, ਭਾਈ ਗੁਰਦਾਸ ਸਾਹਿਬ ਨੇ ਵੀ ਕੀਤਾ। ਕਹਿਣ ਲੱਗੇ ਸਤਿਗੁਰਾਂ ਨੇ ਧਿਆਨ ਧਰ ਕੇ ਵੇਖਿਆ ਚਾਰ ਚੁਫੇਰੇ ਤੇ ਕੀ ਦਿਸਿਆ ਕਿ ਸਾਰਾ ਜਗਤ ਸੜਦਾ ਪਿਆ ਬਲਦਾ ਪਿਆ ਹੈ, ਸਾਰੇ ਜਗਤ ਦੇ ਵਿੱਚ ਅੱਗ ਲੱਗੀ ਹੋਈ ਹੈ। ਫਿਰ ਮੇਰੇ ਪਾਤਸ਼ਾਹ ਜੀ ਮੇਹਰ ਦੇ ਘਰ ਵਿੱਚ ਆਏ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਧਰਤ ਲੁਕਾਈ ਨੂੰ ਸੋਧਣ ਵਾਸਤੇ ਸਤਿਗੁਰਾਂ ਨੇ ਚਾਲੇ ਪਾ ਦਿੱਤੇ। ਹੁਣ ਥੋੜ੍ਹਾ ਜਿਹਾ ਬੇਨਤੀ ਵੱਲ ਤਵੱਜੋ ਕਰਨੀ, ਗੁਰਮੁਖ ਪਿਆਰਿਓ, ਅੱਜ ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਵੀ ਮਨਾਉਂਦੇ ਪਏ ਹਾਂ, ਉਹਨਾਂ ਦੇ ਆਗਮਨ ਪੁਰਬ ਨੂੰ ਸਮਰਪਿਤ ਹੋ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਵੀ ਆਪਾਂ ਸਮਰਪਿਤ ਹੋਏ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ, ਭਾਵੇਂ ਕਿ ਅਕਸਰ ਹੀ ਲੇਖਕ ਇਤਿਹਾਸਕਾਰ ਇਹ ਗੱਲਾਂ ਕਹਿੰਦੇ ਨੇ ਜੀ ਪਿਰਥੀ ਚੰਦ ਦੀ ਵਜ੍ਹਾ ਨਾਲ ਜਾਂ ਚੰਦੂ ਦੀ ਵਜ੍ਹਾ ਨਾਲ ਜਾਂ ਜਹਾਂਗੀਰ ਬੜਾ ਕੱਟੜ ਸੀ ਜਾਂ ਫਿਰ ਸ਼ੇਖ ਫਰੀਦ ਬੁਖਾਰੀ ਸ਼ੇਖ ਅਹਿਮਦ ਸਰਹੰਦੀ, ਉਹਨਾਂ ਲੋਕਾਂ ਨੇ ਸਾਜਿਸ਼ਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਇਆ ਹੈ। ਪਰ ਇੱਕ ਗੱਲ ਵੱਲ ਧਿਆਨ ਦੇਣਾ ਬਣਦਾ ਹੈ ਗੁਰਮੁਖੋ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਜਿੰਨੇ ਵੀ ਕਾਰਜ ਕੀਤੇ ਨੇ, ਉਹ ਕਾਰਜ ਭਾਵੇਂ ਬੜਾ ਵੱਡਾ ਹੋਵੇ, ਉਹ ਕਾਰਜ ਭਾਵੇਂ ਬੜਾ ਛੋਟਾ ਹੋਵੇ, ਉਸ ਕੰਮ ਨੂੰ ਕਰਦਿਆਂ ਭਾਵੇਂ ਸਤਿਗੁਰਾਂ ਨੂੰ ਇੱਕ ਮਿੰਟ ਦਾ ਸਮਾਂ ਲੱਗਾ ਹੋਵੇ ਤੇ ਭਾਵੇਂ ਢਾਈਆਂ ਸਦੀਆਂ ਦਾ ਵੇਲਾ ਲੱਗਾ ਹੋਵੇ, ਸਤਿਗੁਰਾਂ ਦੇ ਹਰ ਇੱਕ ਕੰਮ ਦਾ ਮਕਸਦ ਕੇਵਲ ਇੰਨਾ ਸੀ, ਜਗਤ ਜਲਨ ਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਭਰੈ ਤਿੱਤੇ ਲਿਹੁ ਗੁਬਾਰ। ਸਾਨੂੰ ਗਰੀਬਾਂ ਨੂੰ ਉੱਚੇ ਚੁੱਕਣ ਵਾਸਤੇ, ਜਗਤ ਦੇ ਵਿੱਚ ਸੁੱਖ ਦੇਣ ਵਾਸਤੇ, ਜ਼ੁਲਮ ਦੀਆਂ ਜੜ੍ਹਾਂ ਪੁੱਟਣ ਵਾਸਤੇ, ਸਮਾਨਤਾ ਹਰ ਪੱਖ ਤੋਂ ਬਰਾਬਰਤਾ ਲਿਆਉਣ ਵਾਸਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਵਿੱਚ ਅਵਤਾਰ ਧਾਰਿਆ। ਕਈ ਵਾਰ ਆਪਾਂ ਸਮਝਦੇ ਹਾਂ ਕਿ ਜਿਹੜਾ ਭਾਰਤ ਦੀ ਗੁਲਾਮੀ ਦਾ ਸਮਾਂ ਹੈ ਨਾ, ਇਹ 712 ਈਸਵੀ ਤੋਂ ਬਣਦਾ ਹੈ ਜਦੋਂ ਮੁਹੰਮਦ ਬਿਨ ਕਾਸਿਮ ਹਮਲਾਵਰ ਹੋ ਕੇ ਆਇਆ। ਪਰ ਇਹ ਗਲਤ ਹੈ, ਸਾਨੂੰ ਅੰਗਰੇਜ਼ਾਂ ਨੇ ਗੁਲਾਮ ਨਹੀਂ ਕੀਤਾ, ਸਾਨੂੰ ਅਫਗਾਨਾਂ ਨੇ ਗੁਲਾਮ ਨਹੀਂ ਕੀਤਾ, ਮੁਗਲਾਂ ਨੇ ਗੁਲਾਮ ਨਹੀਂ ਕੀਤਾ, ਲੋਧੀਆਂ ਨੇ, ਗਜਨਵੀਆਂ ਨੇ, ਗੌਰੀਆਂ ਨੇ ਸਾਨੂੰ ਗੁਲਾਮ ਨਹੀਂ ਕੀਤਾ, ਅਸੀਂ ਉਸ ਤੋਂ ਵੀ ਪਹਿਲਾਂ ਗੁਲਾਮ ਸਾਂ। ਸਾਡੀ ਗੁਲਾਮੀ ਦੀ ਦਾਸਤਾਂ ਪੜ੍ਹਨੀ ਹੋਵੇ ਤੇ ਰਿਗਵੇਦ ਨੂੰ ਪੜ੍ਹੋ, ਰਿਗਵੇਦ ਨੂੰ, ਰਿਗਵੇਦ ਤੋਂ ਆਰੰਭ ਹੁੰਦੀ ਹੈ ਸਾਡੀ ਗੁਲਾਮੀ ਦੀ ਦਾਸਤਾਂ। ਗੁਰਮੁਖ ਪਿਆਰਿਓ, ਅੱਜ ਤੋਂ ਤਕਰੀਬਨ 2500-3000 ਸਾਲ ਪਹਿਲਾਂ ਅਸੀਂ ਲੋਕ ਗੁਲਾਮ ਸਾਂ, ਕੇਵਲ 400-500 ਸਾਲ ਪਹਿਲਾਂ ਨਹੀਂ, 2500-3000 ਸਾਲ ਪਹਿਲਾਂ ਅਸੀਂ ਲੋਕ ਗੁਲਾਮ ਸਾਂ। ਬ੍ਰਾਹਮਣ ਲੋਕ, ਖੱਤਰੀ ਲੋਕ, ਉੱਚ ਜਾਤੀਏ, ਸਵਰਨ ਜਾਤੀਏ, ਉਹਨਾਂ ਲੋਕਾਂ ਦੀਆਂ ਹਕੂਮਤਾਂ ਸਨ, ਉਹ ਧਰਮ ਦੇ ਠੇਕੇਦਾਰ ਸਨ। ਗਰੀਬ ਬੰਦਾ ਜਿਹੜਾ ਹੈ, ਇਹਦੇ ਪੱਲੇ ਨਾ ਖਾਣ ਜੋਗਾ, ਨਾ ਪਾਉਣ ਜੋਗਾ, ਨਾ ਹੰਢਾਉਣ ਜੋਗਾ, ਇੱਥੋਂ ਤੱਕ ਪਿਆਰਿਓ ਇਹਦੇ ਦੇ ਬੱਚੇ ਵੀ ਆਪਣੇ ਨਹੀਂ ਸਨ ਹੁੰਦੇ। ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ, ਇੱਥੋਂ ਤੱਕ ਕਿ ਗਰੀਬ ਬੰਦੇ ਦੇ, ਸ਼ੂਦਰ ਦੇ ਤੇ ਬੱਚੇ ਵੀ ਆਪਣੇ ਨਹੀਂ, ਉਹ ਵੀ ਉਹਦੇ ਮਾਲਕ ਦੀ ਸੰਪੱਤੀ ਹੈ। ਜਿਵੇਂ ਆਪਾਂ ਘਰਾਂ ਦੇ ਵਿੱਚ ਮੱਝਾਂ ਗਾਵਾਂ ਬੱਧੀਆਂ ਹੋਈਆਂ ਨੇ ਨਾ, ਏਦਾਂ ਸਾਨੂੰ ਗਰੀਬ ਲੋਕਾਂ ਨੂੰ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਬੰਨ ਕੇ ਰੱਖਿਆ ਹੋਇਆ। ਅਸੀਂ ਗੁਲਾਮ, ਪੂਰੇ ਪੂਰੇ ਗੁਲਾਮ, ਕੋਈ ਨਹੀਂ ਸਾਡੀ ਹੱਕ ਵਿੱਚ ਹਾ ਦਾ ਨਾਰਾ ਮਾਰਨ ਵਾਲਾ, ਕੋਈ ਨਹੀਂ ਉੱਠਦਾ ਜਿਹੜਾ ਸਾਨੂੰ ਗਰੀਬਾਂ ਨੂੰ ਉੱਚਾ ਚੁੱਕਣ ਦਾ ਕੋਈ ਯਤਨ ਕਰੇ। ਪਿਆਰਿਓ, ਭਾਵੇਂ ਫਰੀਦ ਸਾਹਿਬ, ਭਗਤ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਸਾਹਿਬ ਜੀ, ਬੜੇ ਮਹਾਂਪੁਰਖ ਆਏ, ਉਹਨਾਂ ਨੇ ਜੱਦੋ ਜਹਿਦ ਵੀ ਕੀਤੀ, ਪਰ ਸਾਨੂੰ ਗਰੀਬਾਂ ਨੂੰ ਗੁਲਾਮੀ ਤੋਂ ਛੁਟਕਾਰਾ ਨਹੀਂ ਮਿਲਿਆ।
ਜਦੋਂ ਆਪਣੀ ਉਸ ਹਾਲਤ ਵੱਲ ਝਾਤੀ ਮਾਰਦੇ ਹਾਂ ਤੇ ਗੁਰਬਾਣੀ ਦੇ ਪਾਵਨ ਵਾਕ ਸਾਨੂੰ ਚੇਤੇ ਆ ਜਾਂਦੇ ਨੇ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾ ਵਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਕਿੱਡੀ ਹੈਰਾਨੀ ਦੀ ਗੱਲ ਹੈ, ਅੱਜ ਅਸੀਂ ਸਰਦਾਰ ਬਣੇ ਹਾਂ, ਅੱਜ ਸਾਨੂੰ ਸਤਿਗੁਰਾਂ ਦੇ ਪਰਉਪਕਾਰ ਭੁੱਲ ਗਏ ਨੇ। ਥੋੜ੍ਹਾ ਜਿਹਾ ਧਿਆਨ ਦੇਣਾ ਜੀ, ਅੱਜ ਸਾਨੂੰ ਪਰਉਪਕਾਰ ਭੁੱਲ ਗਏ ਨੇ। ਅੰਗਰੇਜ਼ ਅਫਸਰ ਇੱਕ ਹੋਇਆ ਮਿਸਟਰ ਡੇਵਿਡ ਜੋਸਫ ਕਨਿੰਗਮ, ਇਹ ਬੜੇ ਵੱਡੇ ਸਰਕਾਰੀ ਅਹੁਦਿਆਂ ਤੇ ਰਿਹਾ, ਇਹ ਜੱਜ ਵੀ ਰਿਹਾ ਲਾਹੌਰ ਦੇ ਵਿੱਚ। ਜੱਜ ਦੇ ਅਹੁਦੇ ਤੋਂ ਇਹਨੇ ਅਸਤੀਫਾ ਦਿੱਤਾ ਸੀ ਸਿੱਖ ਇਤਿਹਾਸ ਦੀ ਖੋਜ ਕਰਨ ਵਾਸਤੇ। ਇਹ ਘਟਨਾ ਮੈਂ ਬੇਨਤੀ ਕਰਨ ਲੱਗਾ ਤਾਂ ਕਿ ਸਾਡਾ ਧਿਆਨ ਜੁੜ ਜਾਏ। ਇਹ ਘੋੜੀ ਤੇ ਸਵਾਰ ਹੋਇਆ ਇੱਕ ਦਿਨ, ਲਾਹੌਰ ਦੇ ਕੰਢੇ ਤੇ ਵਗਦੀ ਹੈ ਰਾਵੀ ਨਦੀ, ਰਾਵੀ ਦਰਿਆ। ਇਹ ਦਰਿਆ ਦੇ ਕੰਢੇ ਕੰਢੇ ਸੈਰ ਕਰਦਾ ਜਾ ਰਿਹਾ ਸੀ। ਇੱਕ ਭੈਣ ਉੱਥੇ ਦਰਿਆ ਦੇ ਕਿਨਾਰੇ ਤੇ ਕੱਪੜੇ ਧੋਂਦੀ ਪਈ ਹੈ। ਇਹਦੇ ਅੰਗਰੇਜ਼ ਦੇ ਦੋ ਪੰਜਾਬੀ ਨੌਕਰ ਮਗਰ ਦੌੜ ਕੇ ਆ ਰਹੇ ਨੇ। ਹੁਣ ਉੱਥੇ ਅੰਗਰੇਜ਼ ਨੇ ਵੇਖਿਆ ਕਿ ਉਸ ਮਾਂ ਦਾ ਛੋਟਾ ਜਿਹਾ ਬੱਚਾ ਤਿਲਕ ਗਿਆ ਤੇ ਪਾਣੀ, ਡੂੰਘੇ ਪਾਣੀ ਵਿੱਚ ਜਾ ਕੇ ਡਿੱਗ ਪਿਆ। ਤਿੰਨਾਂ ਚੌਂ ਸਾਲਾਂ ਦਾ ਬੱਚਾ ਹੈ, ਮਾਂ ਨੂੰ ਤੈਰਨਾ ਨਹੀਂ ਆਉਂਦਾ, ਲਾਗੇ ਬੰਨੇ ਇੰਨੇ ਲਾਗੇ ਕੋਈ ਨਹੀਂ ਹੈਗਾ ਜਿਹੜਾ ਦੌੜ ਕੇ ਬੱਚੇ ਨੂੰ ਕੱਢ ਲੈ। ਲੋਕ ਜਿੰਨੇ ਚਿਰ ਨੂੰ ਦੌੜ ਕੇ ਪਹੁੰਚਣਗੇ ਬੱਚੇ ਨੇ ਡੁੱਬ ਕੇ ਖਤਮ ਹੋ ਜਾਣਾ ਹੈ। ਅੰਗਰੇਜ਼ ਅਫਸਰ ਦੇ ਮਨ ਵਿੱਚ ਬਹੁਤ ਤਰਸ ਆਇਆ, ਉਹਨੇ ਘੋੜੀ ਨੂੰ ਅੱਡੀ ਲਾਈ, ਛਾਲ ਮਾਰੀ, ਪਾਣੀ ਵਿੱਚੋਂ ਬੱਚੇ ਨੂੰ ਕੱਢ ਕੇ ਬਾਹਰ ਲੈ ਆਉਂਦਾ। ਮਾਂ ਨੇ ਆਪਣਾ ਬੱਚਾ ਫੜਿਆ, ਉਹਦੇ ਦੋ ਚਪੇੜਾਂ ਮਾਰੀਆਂ, ਦਬਕੇ ਮਾਰੇ ਤੇ ਲੈ ਕੇ ਆਪਣੇ ਰਾਹੇ ਪੈ ਗਈ। ਉਹ ਅੰਗਰੇਜ਼ ਸਿਰ ਤੋਂ ਪੈਰਾਂ ਤੱਕ ਨੁੱਚੜਦਾ ਪਿਆ ਪਾਣੀ ਦੇ ਨਾਲ, ਗਾਰੇ ਦੇ ਨਾਲ। ਉਹਦੇ ਨੌਕਰ ਪਿੱਛੋਂ ਆਏ, ਉਹਨਾਂ ਨੇ ਆ ਕੇ ਕਿਹਾ ਸਾਹਿਬ ਬਹਾਦਰ ਕੀ ਗੱਲ ਹੋਈ ਹੈ? ਅੰਗਰੇਜ਼ ਕਹਿਣ ਲੱਗਾ ਮੈਂ ਬੜਾ ਹੈਰਾਨ ਹੋਇਆ ਤੁਹਾਡੇ ਲੋਕਾਂ ਦੇ ਵਿਹਾਰ ਤੋਂ। ਕਿਉਂ ਜੀ? ਕਹਿਣ ਲੱਗਾ ਮੇਰੇ ਦੇਸ਼ ਦੇ ਵਿੱਚ, ਇੰਗਲੈਂਡ ਦੇ ਵਿੱਚ ਕਿਸੇ ਦਾ ਰੁਮਾਲ ਡਿੱਗ ਪੈ, ਪੈਨ ਡਿੱਗ ਪੈ, ਦੂਜਾ ਬੰਦਾ ਚੁੱਕ ਕੇ ਫੜਾ ਦੇ ਤੇ ਉਹ ਅੱਗਿਓਂ ਹੱਥ ਜੋੜ ਕੇ ਉਹਨੂੰ ਸਤਿਕਾਰ ਦੇ ਕੇ ਕਹਿੰਦਾ ਜੀ ਥੈਂਕ ਯੂ ਵੈਰੀ ਮੱਚ, ਬਹੁਤ ਤੁਹਾਡਾ ਸ਼ੁਕਰੀਆ। ਇਹ ਕਿਹੋ ਜਿਹੇ ਲੋਕ ਨੇ ਤੁਹਾਡੇ? ਮੈਂ ਇੱਕ ਬੱਚੇ ਦੀ ਜਾਨ ਬਚਾਈ ਹੈ ਤੇ ਉਸ ਬੱਚੇ ਦੀ ਮਾਂ ਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਤੁਹਾਡਾ ਸ਼ੁਕਰੀਆ, ਤੁਹਾਡਾ ਧੰਨਵਾਦ। ਕਿਹੋ ਜਿਹੇ ਲੋਕ ਨੇ ਤੁਹਾਡੇ? ਉਹ ਪੰਜਾਬੀ ਨੌਕਰ ਸੀ ਨਾ ਜਿਹੜਾ, ਉਹ ਬੜਾ ਸਿਆਣਾ ਸੀ। ਉਹ ਕਹਿੰਦਾ ਸਾਹਿਬ ਬਹਾਦਰ ਤੁਸੀਂ ਕੋਈ ਗੁੱਸਾ ਨਾ ਕਰੋ, ਗਿਲਾ ਨਾ ਕਰੋ ਇਹਨਾਂ ਲੋਕਾਂ ਤੇ। ਕਿਉਂ? ਕਹਿਣ ਲੱਗਾ ਇਹ ਉਹ ਲੋਕ ਨੇ ਸਾਹਿਬ ਬਹਾਦਰ, ਤੁਸੀਂ ਇੱਕ ਬੱਚੇ ਦੀ ਜਾਨ ਬਚਾ ਕੇ ਕਹਿੰਦੇ ਮੇਰਾ ਧੰਨਵਾਦ ਨਹੀਂ ਕੀਤਾ, ਇਹ ਪੰਜਾਬ ਦੇ ਰਹਿਣ ਵਾਲੇ ਲੋਕ ਐਡੇ ਵੱਡੇ ਅਕਿਰਤ ਕਣ ਨੇ, ਇਹਨਾਂ ਨੇ ਕਦੇ ਉਸ ਗੁਰੂ ਦਾ ਧੰਨਵਾਦ ਨਹੀਂ ਕੀਤਾ ਜਿਹਨੇ ਆਪਣੇ ਚਾਰ ਜਿਗਰ ਦੇ ਟੁਕੜੇ ਇਹਨਾਂ ਦੇ ਉੱਤੋਂ ਕੁਰਬਾਨ ਕਰ ਦਿੱਤੇ ਸੀ। ਗੱਜ ਕੇ ਆਖੋ ਜੀ ਸਤਨਾਮ। ਉਹ ਵਾਰਤਾ ਮੈਂ ਜਦੋਂ ਪੜ੍ਹੀ ਨਾ, ਸੱਚ ਜਾਣੋ ਵਾਕਈ ਮਨ ਅੰਦਰੋਂ ਹਿੱਲ ਜਾਂਦਾ ਹੈ। ਅਸੀਂ ਇੰਨੇ ਘਟੀਆ ਕਿਸਮ ਦੇ ਲੋਕ ਹਾਂ। ਵੇਖੋ ਸਾਧ ਸੰਗਤ ਜੀ, ਸਾਡਾ ਮਨ ਕਿੱਡਾ ਕੁ ਨੀਵਾਂ ਹੈ, ਕਿੱਡਾ ਕੁ ਡਿੱਗਾ ਹੋਇਆ ਹੈ। ਅੱਜ ਸਾਡੇ ਬੱਚੇ PhD ਦੀ ਡਿਗਰੀ ਕਰਕੇ ਡਾਕਟਰ ਅਖਵਾਉਂਦੇ ਨੇ, ਅੱਜ ਸਾਡੇ ਬੱਚੇ MBBS ਨੇ, D.Lit ਨੇ, ਅੱਜ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਨੇ। ਅੱਜ ਵੇਖੋ ਅਸੀਂ ਵਿਦੇਸ਼ਾਂ ਵਿੱਚ ਜਹਾਜ਼ ਝੂਟਦੇ ਫਿਰਦੇ ਹਾਂ, ਪੱਕੇ ਮਕਾਨ ਨੇ ਸਾਡੇ ਕੋਲ, ਦੋ ਦੋ ਚਾਰ ਚਾਰ ਸੌ ਕਿੱਲੇ ਦੇ ਮਾਲਕ ਬਣੇ ਬੈਠੇ ਹਾਂ। ਭਾਵੇਂ ਕੋਈ ਗਰੀਬ ਹੀ ਬੰਦਾ ਕਿਉਂ ਨਾ ਹੋਵੇ, ਗਰੀਬ ਹੀ, ਉਹਨੂੰ ਵੀ ਕੋਈ ਕੋਈ ਗੱਲ ਕਹਿਣ ਤੋਂ ਥੋੜ੍ਹਾ ਜਿਹਾ ਡਰਦਾ, ਝਿਜਕਦਾ ਹੈ। ਉਹਨੂੰ ਵੀ ਕੁਝ ਕਹਿਣਾ ਹੋਵੇ ਤੇ ਉਹਨੂੰ ਵੀ ਸਤਿਕਾਰ ਨਾਲ ਕਹੀਦਾ ਹੈ, ਤੇ ਉਹ ਗਰੀਬ ਬੰਦਾ ਵੀ ਅੱਗਿਓਂ ਕਹਿੰਦਾ ਭਾਵੇਂ ਮੈਂ ਗਰੀਬ ਜ਼ਰੂਰ ਹਾਂ ਪਰ ਇੱਕ ਗੱਲ ਚੇਤੇ ਰੱਖੀ, ਗਰੀਬ ਦੀ ਇੱਜ਼ਤ ਨਹੀਂ ਹੁੰਦੀ। ਭਲਾ ਗਰੀਬ ਦੀ ਵੀ ਇੱਜ਼ਤ ਹੁੰਦੀ ਹੈ ਨਾ, ਗਰੀਬ ਵੀ ਇੱਜ਼ਤ ਵਾਲਾ ਹੁੰਦਾ ਹੈ। ਇਹ ਇੱਜ਼ਤ ਦਿੱਤੀ ਕਿੰਨੀ ਹੈ ਭਲਾ ਸਾਨੂੰ? ਸਾਡਾ ਹਾਲ ਪਤਾ ਕੀ ਸੀ? ਜਿਹਦੀ ਲੰਘਦੇ ਸਨ ਸਾਡੇ ਮਗਰ ਮੋੜੇ ਬੰਨ ਦਿੰਦੇ ਸੀ, ਮੋੜੇ। ਇਹਦੇ ਕਿਤੇ ਪੈਰਾਂ ਦਾ ਦਾਗ ਵੀ ਰਸਤੇ ਦੇ ਉੱਤੇ ਰਹਿ ਨਾ ਜਾਵੇ। ਇੱਥੋਂ ਤੱਕ ਨਾ ਸਾਨੂੰ ਖਾਣ ਨੂੰ, ਨਾ ਪਹਿਨਣ ਨੂੰ, ਨਾ ਸਾਡੇ ਘਰ ਪੱਕੇ। ਇੱਥੋਂ ਤੱਕ ਜੇ ਕਿਤੇ ਕਿਸੇ ਬੱਚੇ ਨੇ ਇੱਕ ਅੱਧਾ ਅੱਖਰ ਕਿਤੇ ਵਿੱਦਿਆ ਦਾ ਸਿੱਖ ਲੈਣਾ, ਪਤਾ ਲੱਗ ਜਾਣਾ ਉਹਨਾਂ ਜ਼ਾਲਮਾਂ ਲੋਕਾਂ ਨੂੰ, ਉਹਨਾਂ ਨੇ ਉਸ ਬੱਚੇ ਦੀ ਜ਼ਬਾਨ ਕੱਟ ਦੇਣੀ, ਇਹਨੇ ਪੜ੍ਹਨਾ ਕਿਵੇਂ ਸਿੱਖ ਲਿਆ। ਇਹ ਹਾਲ ਸੀ ਸਾਡੀ। ਇੱਕ ਸ਼ੂਦਰ ਪਰਿਵਾਰ ਦੇ ਵਿੱਚ ਪੈਦਾ ਹੋਣ ਵਾਲਾ ਬੱਚਾ ਸ਼ੰਭੂਕ, ਉਹਨੇ ਕਿਤੇ ਸੰਸਕ੍ਰਿਤ ਦੇ ਸਲੋਕ ਸਿੱਖ ਲਏ, ਉਹ ਕਿਤੇ ਭਗਤੀ ਕਰਦਾ ਪਿਆ ਹੈ, ਉਹ ਕਿਤੇ ਵਿੱਦਿਆ ਦੀ ਰਚਨਾ ਕਰਦਾ ਪਿਆ ਹੈ ਜੰਗਲ ਵਿੱਚ ਬੈਠਾ।
ਬ੍ਰਾਹਮਣਾਂ ਨੇ ਜਾ ਕੇ ਸ਼ਿਕਾਇਤ ਕੀਤੀ ਸਮੇਂ ਦੇ ਹਾਕਮ ਦੇ ਕੋਲ, ਉਹਨਾਂ ਨੇ ਤਲਵਾਰ ਧੂਈ ਹੈ। ਇਹ ਵਾਲਮੀਕ ਰਮਾਇਣ ਦੇ ਵਿੱਚ ਜ਼ਿਕਰ ਆਇਆ ਹੈ। ਸ਼੍ਰੀ ਰਾਮ ਚੰਦਰ ਜੀ ਜਾ ਕੇ ਸ਼ੰਭੂਕ ਨੂੰ ਕਤਲ ਕਰ ਦਿੱਤਾ। ਕਸੂਰ ਕੀ ਹੈ? ਕਸੂਰ ਇਹਨਾਂ ਵੀ ਤੂੰ ਗਰੀਬਾਂ ਦੇ ਸ਼ੂਦਰਾਂ ਦੇ ਘਰ ਵਿੱਚ ਪੈਦਾ ਹੋ ਕੇ ਪੜ੍ਹਨ ਲਿਖਣ ਦੀ ਜ਼ੁਰਤ ਕਿਵੇਂ ਕਰ ਦਿੱਤੀ? ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ, ਰਵਿਦਾਸ ਜੀ ਨੂੰ ਧੱਕੇ ਮਾਰੇ, ਉਹਨਾਂ ਨੇ ਕਿਹਾ ਮੇਰਾ ਕਸੂਰ ਕੀ? ਕਹਿੰਦੇ ਤੂੰ ਸ਼ੂਦਰਾਂ ਦੇ ਘਰ ਵਿੱਚ ਪੈਦਾ ਹੋਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਸਾਡੀ ਹਾਲ ਪਤਾ ਕੀ ਸੀ? ਦਾਰਿਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ, ਅਸ਼ਟ ਦਸਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ, ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ। ਹੁਣ ਧਿਆਨ ਦੇਣਾ, ਪਹਿਲੀ ਵਾਰ ਦੁਨੀਆਂ 'ਚ ਘਟਨਾ ਵਾਪਰੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਗਰੀਬ ਤਰਖਾਣ ਦੇ ਘਰ ਦਾ ਬੂਹਾ ਖੜਕਾਉਂਦੇ ਨੇ ਜਾ ਕੇ। ਬੂਹਾ ਟੁੱਟਾ ਹੋਇਆ ਹੈ, ਸ਼ਿਸ਼ਟਾਚਾਰ ਵਿੱਚੋਂ ਖੜਕਾਇਆ। ਉਹਨੇ ਆ ਕੇ ਹੱਥ ਜੋੜੇ, ਮਹਾਰਾਜ ਮੈਂ ਤੇ ਗਰੀਬ ਹਾਂ, ਤੁਸੀਂ ਜਾਓ ਮਲਕ ਭਾਗੋ ਦੇ ਘਰ, ਉਹਦੇ ਘਰ ਬ੍ਰਹਮ ਭੋਜ ਹੁੰਦਾ ਪਿਆ ਹੈ। ਤੇ ਸਤਿਗੁਰੂ ਕਹਿੰਦੇ ਨੇ ਭਾਈ ਲਾਲੋ, ਉਹਦੇ ਮਾਲ ਕੂੜਿਆਂ ਦੇ ਵਿੱਚੋਂ ਸਾਨੂੰ ਲਹੂ ਦੀ ਬਦਬੂ ਆਉਂਦੀ ਹੈ, ਤੇਰੀ ਸੁੱਕੀ ਰੋਟੀ ਵਿੱਚੋਂ ਵੀ ਦੁੱਧ ਝਲਕਦਾ ਹੈ। ਗਰੀਬ ਦੇ ਘਰ ਵਿੱਚ ਬੈਠੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਹਰਿਮੰਦਰ ਸਾਹਿਬ ਬਣਾਇਆ, ਆ ਸੰਗਤ ਬਣਾਈ, ਤੁਸੀਂ ਬੈਠੇ ਹੋਏ ਹੋ, ਆ ਪਿੱਛੇ ਪੰਗਤ ਲੱਗੀ ਹੋਈ ਹੈ, ਪੰਗਤ ਸਤਿਗੁਰਾਂ ਨੇ ਬਣਾਈ, ਸੰਗਤ ਵਿੱਚ ਸਾਰੇ ਬਰਾਬਰ ਬਹਿੰਦੇ ਨੇ, ਰਾਜਾ ਆਵੇ ਭਾਵੇਂ ਨੌਕਰ ਆਵੇ ਭਾਵੇਂ ਕੋਈ ਗਰੀਬ ਆਵੇ, ਪੰਗਤ ਵਿੱਚ ਭਾਵੇਂ ਕੋਈ ਮਾਲਕ ਹੋਵੇ ਮੰਗਤਾ ਹੋਵੇ, ਇੱਕ ਸਮਾਨ ਬਹਿ ਕੇ ਛਕਦੇ ਨੇ, ਛਬੀਲ ਲੱਗੀ ਹੋਈ ਹੈ। ਤੇ ਕਿਸੇ ਨੇ, ਪਿਛਲੇ ਸਾਲ ਦੀ ਗੱਲ ਹੈ ਸਾਧ ਸੰਗਤ ਜੀ, ਛੜਕ ਤੇ ਲੰਘਦਿਆਂ ਛਬੀਲ ਲੱਗੀ, ਨੌਜਵਾਨ ਵੀਰ ਜਲ ਲੈ ਕੇ ਆਇਆ ਤੇ ਮੈਂ ਪੁੱਛ ਲਿਆ ਵੀ ਵੀਰ ਜੀ ਅੱਜ ਕੀ ਹੈ ਭਲਾ, ਕਿਹੜੀ ਗੱਲੋਂ ਇਹ ਤੁਸੀਂ ਜਲ ਵਰਤਾਉਂਦੇ ਹੋ? ਕਹਿੰਦਾ ਜੀ ਛਬੀਲ ਹੈ। ਮੈਂ ਕਿਹਾ ਛਬੀਲ ਕਿਹੜੀ ਗੱਲੋਂ? ਉਹ ਹੱਸ ਕੇ ਕਹਿੰਦਾ ਜੀ ਮੈਨੂੰ ਨਹੀਂ ਪਤਾ। ਸਾਡੀ ਕੌਮ ਦੀ ਹਾਲਤ ਵੇਖਿਓ, ਉਹ ਹੱਸ ਕੇ ਕਹਿੰਦਾ ਮੈਨੂੰ ਨਹੀਂ ਪਤਾ, ਮੈਨੂੰ ਇੰਨਾ ਪਤਾ ਵੀ ਅੱਜ ਛਬੀਲ ਹੈ। ਮੈਂ ਕਿਹਾ ਵੀਰ ਜੀ ਅੱਜ ਛਬੀਲ ਤਾਂ ਹੈ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ। ਉਹ ਨੌਜਵਾਨ ਹੈਰਾਨ ਹੋ ਕੇ ਕਹਿੰਦਾ ਜੇ ਸ਼ਹੀਦੀ ਦਿਹਾੜਾ ਤੇ ਫਿਰ ਮਿੱਠਾ ਪਾਣੀ ਤੇ ਆ ਮਠਿਆਈਆਂ ਦੇ ਕੜਾਹ ਕਿਉਂ ਵਰਤਾਉਂਦੇ ਪਏ ਅੱਜ ਆਪਾਂ? ਗੱਲ ਵਾਕਿਆ ਧਿਆਨ ਦੇਣ ਵਾਲੀ, ਅੱਜ ਸ਼ਹੀਦੀ ਦਿਹਾੜਾ ਹੈ ਤੇ ਸ਼ਹੀਦੀ ਦਿਹਾੜੇ ਵਾਲੇ ਦਿਨ ਆ ਲੈ ਕੇ ਆਪਾਂ ਮਿੱਠਾ ਪਾਣੀ, ਸ਼ਰਬਤ, ਕੋਲਡ ਡਰਿੰਕ ਤੇ ਕੜਾਹ ਪ੍ਰਸ਼ਾਦ ਕਿਉਂ ਵਰਤਾਉਂਦੇ ਪਏ ਹਾਂ? ਗੱਲ ਬੜੀ ਪਤੇ ਦੀ ਹੈ। ਤੇ ਮੈਂ ਕਿਹਾ ਮੇਰੇ ਵੀਰਾ ਤੇਰਾ ਧੰਨਵਾਦ, ਤੂੰ ਗੱਲ ਬੜੀ ਚੰਗੀ ਕੀਤੀ, ਇਹ ਤਾਂ ਕਰਦੇ ਪਏ ਹਾਂ ਕਿਉਂਕਿ ਅੱਜ ਦਾ ਦਿਨ ਸੁਨੇਹਾ ਦਿੰਦਾ ਹੈ ਸਾਰੀ ਦੁਨੀਆਂ ਨੂੰ, ਦੁਨੀਆਂ ਦੇ ਲੋਕੋ, ਅੱਜ ਉਹ ਵੱਡਾ ਦਿਨ, ਉਹ ਪਵਿੱਤਰ ਦਿਹਾੜਾ ਜੇ ਜਿਸ ਦਿਨ ਪੂਰੀ ਦੁਨੀਆਂ ਦੇ ਲੋਕਾਂ ਦੀ ਤਪਸ਼, ਦੁਨੀਆਂ ਦੇ ਲੋਕਾਂ ਦੇ ਵਰਦੀ ਹੋਈ ਅੱਗ, ਸੰਸਾਰ ਦੇ ਉੱਤੇ ਵਗਦਾ ਹੋਇਆ ਅੱਗ ਦਾ ਲਾਵਾ, ਜ਼ੋਰ ਤੇ ਜ਼ੁਲਮ ਦੀ ਹਨੇਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੇ ਲੈ ਲਈ ਸੀ, ਆਪਣੇ ਅੰਦਰ ਦੀ ਠੰਡਕ, ਆਪਣੇ ਅੰਦਰ ਦੀ ਮਿਠਾਸ, ਆਪਣੇ ਅੰਦਰ ਦੀ ਕੋਮਲਤਾ ਸਾਰੀ ਦੁਨੀਆਂ ਨੂੰ ਵੰਡ ਦਿੱਤੀ ਸੀ। ਅੱਜ ਉਹ ਦਿਹਾੜਾ ਹੈ ਜੀ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਹੋਣ ਦੀ ਲੋੜ ਕਿਉਂ ਪਈ ਹੈ? ਕਿਉਂ ਸ਼ਹੀਦੀ ਪਾਉਣੀ ਪਈ? ਕਿਉਂਕਿ ਗੁਰੂ ਅਰਜਨ ਸਾਹਿਬ ਨੇ ਸਾਨੂੰ ਗਰੀਬਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਦਾਤ ਬਖਸ਼ੀ ਹੈ, ਉਹਨਾਂ ਨੇ ਸਾਨੂੰ ਹਰਿਮੰਦਰ ਬਖਸ਼ਿਆ ਹੈ, ਉਹਨਾਂ ਨੇ ਸਾਨੂੰ ਸੰਗਤ ਦਿੱਤੀ ਹੈ, ਪੰਗਤ ਦਿੱਤੀ ਹੈ। ਤੇ ਜੇ ਕਿਤੇ ਕਹਿ ਦਿੰਦੇ ਨਾ ਵੀ ਪੰਗਤਾਂ ਦੋ ਲੱਗੀਆਂ ਕਰਨਗੀਆਂ, ਦੋ ਕਿਹੜੀਆਂ ਕਿਹੜੀਆਂ? ਇੱਕ ਅਮੀਰ ਲੋਕਾਂ ਦੀ ਬ੍ਰਾਹਮਣਾਂ ਦੀ, ਇੱਕ ਗਰੀਬ ਲੋਕਾਂ ਦੀ ਸ਼ੂਦਰਾਂ ਦੀ। ਅੱਜ ਅਸੀਂ ਲੋਕ, ਸਾਡਾ ਪਤਾ ਨਹੀਂ ਗੁਰੂ ਕਿਰਪਾ ਕਰੇ ਕਿਉਂ ਦਿਮਾਗ ਖਰਾਬ ਹੋ ਗਿਆ ਸਾਡਾ। ਕਈਆਂ ਥਾਵਾਂ 'ਤੇ ਮੈਂ ਵੇਖਿਆ ਜੀ, ਦੋ ਪੰਗਤਾਂ ਲੱਗ ਗਈਆਂ ਲੰਗਰਾਂ ਦੇ ਵਿੱਚ, ਉਹ ਕੋਈ ਗਰੀਬ ਆਉਂਦਾ ਨਾ ਜੇ ਤੇ ਲੱਗਿਆ 10 ਲੱਖ ਦੀ ਕਾਰ ਵਾਲਾ, ਹੱਥ ਜੋੜ ਜੋੜ ਕੇ ਅੱਗੇ ਹੋ ਕੇ ਕਹਿੰਦੇ ਜੀ ਇੱਕ ਹੀ ਫੁਲਕਾ ਛਕ ਲਓ ਭਾਵੇਂ ਛਕਣਾ ਪੈਣਾ। ਉਹ ਕਹਿੰਦਾ ਜੀ ਮੈਂ ਤੇ ਰੱਜਿਆ ਪਿਆ, ਮੈਨੂੰ ਲੋੜ ਨਹੀਂ ਲੰਗਰ ਛਕਣ ਦੀ, ਛਕੋ ਜੀ ਭਾਵੇਂ ਇੱਕ ਹੀ ਛਕੋ ਛਕਣਾ ਪੈਣਾ। ਤੇ ਗਰੀਬ ਬੰਦਾ ਸਾਈਕਲ ਲਾ ਕੇ ਤੇ ਤਰਲਾ ਜਿਹਾ ਲੈ ਕੇ ਕਹਿੰਦੇ ਸ਼ੁਕਰੀਆ, ਪੇਟ ਭਰ ਕੇ ਰੋਟੀ ਖਾਵਾਂਗੇ, ਲੰਗਰ ਲੱਗਾ ਹੋਇਆ। ਉਹਨੂੰ ਕਹਿੰਦੇ ਓਏ ਇੱਥੇ ਨਾ ਬਈ, ਆ ਪਿੱਛੇ ਹੋ ਕੇ ਬਹਿ, ਇਹ ਤੁਹਾਡੀ ਲੈਣ ਨਹੀਂ ਹੈ, ਇਹ ਸਰਦਾਰਾਂ ਦੀ ਲੈਣ ਹੈ। ਹੈਰਾਨੀ ਦੀ ਗੱਲ, ਸਾਨੂੰ ਸਰਦਾਰ ਬਣਾਇਆ ਕਿੰਨੇ ਹੈ, ਕਿੱਥੋਂ ਬਣਾਇਆ ਸਰਦਾਰ? ਉੱਧਰ ਤੇ ਧਿਆਨ ਨਹੀਂ ਦਿੱਤਾ ਅਸੀਂ ਕਦੇ। ਗੁਰੂ ਪਿਆਰਿਓ,
थोड़ा जा ध्यान इस बेनती वाल नूं दिओ जे अपने अतीत नूं याद करिए साडा अतीत की है ते साडा वर्तमान की है। सतगुरु अर्जन देव सच्चे पातशाह जी ने जदों गुरु ग्रंथ साहिब महाराज जी की बीड़ लिखवाई है ना सानू जापदा कागज लिया होवेगा शाही लई होवेगी कलम लई होवेगी ते गुरबाणी की पोथी तैयार कर दिती पोथी साहब गुरु ग्रंथ साहिब जी बीड़ तैयार कर दिती नहीं। गुरु ग्रंथ साहिब की बीड़ नू तैयार करना बड़ी मुश्किल बात है ये कोई आसान गल नहीं। गुरबाणी दे विच पावन शब्द दर्ज है राजे शी मुकदम कुत्ते जाए जगाए न बैठे सुते चाकर नहंदा पाए न काहो रात पित कुत्ते हो चढ़ जाहो। ये शब्द जदों हाकम दे कन्नां विच पैंदे होणगे कि वह हाकम गुस्से दे नाल अग बबूला नहीं हो जाता होगा कि वह कदे बर्दाश्त कर सकता है कि गुरु ग्रंथ साहिब की बीड़ बज जाए ये गुरबाणी के शब्द सांभे जाण बिल्कुल नहीं। कबीर साहब कहिंदे ने कबीर मुल्ला मुनारे क्या चढ़े साई ना बहरा होए जा कारण तू बांग दे दिल ही पीतर जोए साई मुझसे लड़ परिया तुझे किन फुरमाई गाए की एक मौलाना जेड़ा उन्हां जमानियां दा जज है कि वह बर्दाश्त करेगा कि एक कबीर जुलाया के घर विच पैदा होने वाला गरीब बंदा वह मेरी हकूमत नूं वंगारदा है वह मेरी सत्ता नूं चैलेंज करदा है बिल्कुल नहीं। कि वह लोग जिन्हां दी प्रतिभा हिंदुस्तान दे विच हजारां सालां तो बनी है ते सतगुरु कहिंदे ने जो पाथर को कहते देव ताकि निफल होवे सेव जो पाथर की पैरी पाए ताकि काल अजाई जाए वह बर्दाश्त करनगे गुरु ग्रंथ साहिब दा सरूप बने कि उन्हां नूं गुवारा होवेगा। कि सतगुरु जी पातशाह जी कहिंदे ने कादी कूड़ बोल मल खाए बांबण नावे जीआं काए जोगी जुगत ना जाने अंध तीने उजाड़े का बंद। बिल्कुल नहीं चाहते गुरु ग्रंथ साहिब की बीड़ तैयार हो पर सतगुरां ने अपना सिर कुरबान करने की तैयारी कर ली कह लगे शहादत देनी पवेगी ते देंगे पर गुरु ग्रंथ साहिब जी की बीड़ तैयार करांगे ते गरीबां नूं सौंपांगे। गरीबां नूं पहले हेड ग्रंथी कौन ने जी हरिमंदर साहिब दे धन बाबा बुढ़ा साहिब जी वह ब्राह्मण ने वह खत्री ने वह कोई राजपूत ने वह गरीब जट ने डंगर चारन वाले ते घा खोतन वाले किड्डी हैरानी की गल है दुनियादारी दी नज़रां दे विच वह गरीब ने ते जदों बाबा बुढ़ा साहिब जी नूं आख्या ना बाबा बुढ़ा जी बुढ़ा साहिब खोलो ग्रंथ लेहो आवाजा सुने सब पंथ ते प्यारे बाबा बुढ़ा साहिब जी दीआं अखां विच पाणी आ गया सी। सच्चे पातशाह वड्डे वड्डे ब्राह्मण बैठे ने संस्कृत पढ़े वड्डे वड्डे विद्वान बैठे ने भाई गुरदास साहब बैठे ने वड्डे विद्वान सच्चे पातशाह जी भाई गुरदास साहब बाणी नूं लिखण वाले विद्वान ते मैनू गरीब नूं मझां चारन वाले मैनू घा खोतन वाले नूं कहिंदे ओ तूं ऐ डगरंथी वेखो किड्डी वड्डी गल है। सतगुरां ने जो कुछ कीता साडे गरीबां वास्ते कीता हुण वेखिओ गुरु अर्जन साहब ने गुरु ग्रंथ साहब की बीड़ कागज ते कलम दे नाल शाही दे नाल नहीं बनाई असल विच गुरु ग्रंथ साहब नूं लिखण वास्ते गुरु प्यार वालिओ गुरु अर्जन देव महाराज ने अपने तन दे चमड़े नूं कागज बना लिया सी। ध्यान देना जी अपने शरीर की चमड़ी नूं कागज बना लिया अपनियां हड्डियां नूं सतगुरां ने कलम बनाया ते अपने लहू नूं सच्चे पातशाह ने शाही बनाया तां जाके गुरु ग्रंथ साहिब दी बीड़ तैयार हुई। आपां पढ़दे हां हरिमंदर साहिब दी नींह साईं मियां मीर जी ने रखी पर वो जिहड़ी इट रखी उह कल्ली इट नहीं सी सतगुरु अर्जन साहिब सच्चे पातशाह जी ने अपना सिर हरिमंदर साहिब दीआं नींहां विच रख दित्ता सी। अज कोठियां विच रहिंदे आ ना पक्के मकान बणे होए ने ना साध संगत जी ये पक्के मकान ये कोठियां कुछ नहीं सी होना जे कलगियां वाले पातशाह दे छोटे लाला ने अपने छोटे पुत्रां नूं बाबा जोरावर सिंह जी बाबा फतेह सिंह जी उन्हां दे सिर सरहंद दीआं नीहां दे विच कुरबान ना कीते हुंदे असीं अज भी गुलाम होना सी अज भी असीं लोकां ने अनपढ़ होना सी अज भी असीं केवल गरीबी दे विच दिन कटी करदे होना सी ए ते दाता सतगुरु अर्जन सच्चे पातशाह ने बख्शतियां ने।
ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ੀਆਂ ਨੇ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਰਾਜ ਦੀ, ਇੱਕ ਅਜ਼ਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਉਹ ਦੋ ਤਲਵਾਰਾਂ ਬੱਧੀਆਂ ਤੇ ਅੱਜ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣ ਆਏ ਆ। ਸਾਧ ਸੰਗਤ ਜੀ, ਅੱਜ ਦਾ ਦਿਹਾੜਾ ਸਾਨੂੰ ਚੇਤੇ ਕਰਵਾਉਂਦਾ ਹੈ ਅਸੀਂ ਕੀ ਸਾਂ ਤੇ ਸਤਿਗੁਰਾਂ ਨੇ ਸਾਨੂੰ ਕੀ ਬਣਾ ਦਿੱਤਾ ਹੈ। ਸਾਰੀ ਸਾਧ ਸੰਗਤ, ਇੱਕ ਬਚਨ ਹੈ ਜੀ ਸਤਿਗੁਰਾਂ ਦਾ, ਕਹਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ, ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਸਾਨੂੰ ਕਿੱਥੋਂ ਕਿੱਥੇ ਲੈ ਆਉਂਦਾ ਸੱਚੇ ਪਾਤਸ਼ਾਹ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਜਦੋਂ ਅੰਮ੍ਰਿਤ ਦੀ ਦਾਤ ਤਿਆਰ ਹੋ ਗਈ ਹੈ, ਖਾਲਸਾ ਸਜਾ ਦਿੱਤਾ ਤੇ ਪਹਾੜੀ ਰਾਜਿਆਂ ਦੇ ਕੋਲ ਵੀ ਸੁਣਿਆ ਗਿਆ, ਇਹਨਾਂ ਨੇ ਸਲਾਹ ਕੀਤੀ। ਸਲਾਹ ਕਰਕੇ ਕਹਿਣ ਲੱਗੇ ਵੀ ਆਪਾਂ ਵੀ ਅੰਮ੍ਰਿਤ ਛਕ ਲਈਏ, ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣ ਜਾਈਏ, ਗੁਰੂ ਗੋਬਿੰਦ ਸਿੰਘ ਸਾਡੇ ਸਿਰ ਤੇ ਹੋਣਗੇ ਤੇ ਵੱਡੇ ਤੋਂ ਵੱਡਾ ਮੁਗਲ ਹਾਕਮ ਵੀ ਸਾਡਾ ਕੁਝ ਨਹੀਂ ਵਿਗਾੜ ਸਕੇਗਾ। ਇਹਨਾਂ ਸਲਾਹ ਕੀਤੀ, ਇਹਨਾਂ ਨੇ ਇੱਕ ਸ਼ਰਤ ਰੱਖੀ, ਚਿੱਠੀ ਲਿਖ ਕੇ ਭੇਜੀ ਸਤਿਗੁਰਾਂ ਦੇ ਪਾਸ। ਉਹ ਚਿੱਠੀ ਆਈ, ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਪੜ੍ਹੋ ਚਿੱਠੀ ਨੂੰ, ਪੜ੍ਹੋ ਕੀ ਲਿਖਿਆ ਚਿੱਠੀ ਤੇ। ਪੜ੍ਹਨ ਵਾਲੇ ਨੇ ਪੜ੍ਹਨੀ ਸ਼ੁਰੂ ਕੀਤੀ ਚਿੱਠੀ। ਇਹ ਸਾਰੀਆਂ ਗੱਲਾਂ, ਇਹ ਜਿਹੜੀ ਮੈਂ ਬੇਨਤੀ ਕਰਦਾ ਪਿਆ ਨਾ, ਇਹ ਸ਼੍ਰੀ ਗੁਰਸੋਭਾ ਨਾਮ ਦਾ ਗ੍ਰੰਥ ਹੈ। ਇਹਦੇ ਲੇਖਕ ਨੇ ਕਵੀ ਸੈਨਾਪਤੀ, ਉਹ ਉਸ ਵੇਲੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਆਨੰਦਪੁਰ ਸਾਹਿਬ ਆਪ ਹਾਜ਼ਰ ਸਨ, ਉਹਨਾਂ ਨੇ ਸਾਰਾ ਕੁਝ ਅੱਖੀਂ ਵੇਖਿਆ। ਉਹ ਕਹਿੰਦੇ ਚਿੱਠੀ ਪੜ੍ਹਨ ਵਾਲੇ ਨੇ ਚਿੱਠੀ ਪੜ੍ਹੀ, ਕਹਿਣ ਲੱਗਾ ਸਾਰਿਆਂ ਰਾਜਿਆਂ ਨੇ ਸੁਨੇਹਾ ਘੱਲਿਆ ਹੈ, ਮਹਾਰਾਜ ਜੀ ਅਸੀਂ ਤੁਹਾਡੇ ਸਿੰਘ ਸੱਜਣ ਲਈ ਤਿਆਰ ਹਾਂ, ਸਾਡੀਆਂ ਨਿੱਕੀਆਂ ਜਿਹੀਆਂ ਇੱਕ ਦੋ ਸ਼ਰਤਾਂ ਨੇ। ਉਹ ਸ਼ਰਤਾਂ ਕਿਹੜੀਆਂ ਨੇ? ਪਹਿਲੀ ਸ਼ਰਤ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦਾ ਅਧਿਕਾਰ ਬ੍ਰਾਹਮਣਾਂ ਨੂੰ ਦੇ ਦਿਓ। ਇਹ ਗਰੀਬ ਲੋਕ ਜਿੰਨੇ ਨੇ ਇਹ ਬਾਣੀ ਨਾ ਪੜ੍ਹਨ, ਬ੍ਰਾਹਮਣ ਨੂੰ ਅਧਿਕਾਰ ਹੋਵੇ ਬਾਣੀ ਪੜ੍ਹਨ ਦਾ, ਜਿਵੇਂ ਵੇਦ ਬ੍ਰਾਹਮਣ ਪੜ੍ਹਦੇ ਨੇ, ਹੋਰ ਕੋਈ ਨਹੀਂ ਪੜ੍ਹ ਸਕਦਾ। ਮਹਾਰਾਜ ਦੂਜਾ ਅਧਿਕਾਰ ਕਿਰਪਾਨ ਪਾਉਣ ਦਾ, ਜਿਹੜਾ ਅਧਿਕਾਰ ਹੈ ਨਾ, ਸ੍ਰੀ ਸਾਹਿਬ ਅਸੀਂ ਗੱਲ ਪਾਉਂਦੇ ਹਾਂ, ਕਿਰਪਾਨ ਪਾਉਣ ਦਾ ਅਧਿਕਾਰ ਜਿਹੜਾ ਹੈ ਇਹ ਖੱਤਰੀਆਂ ਨੂੰ ਦੇ ਦਿਓ, ਕੇਵਲ ਖੱਤਰੀ ਹਥਿਆਰ ਪਾ ਸਕਣ, ਹੋਰ ਕੋਈ ਨਾ ਪਾਵੇ। ਮਹਾਰਾਜ ਲੰਗਰ ਦੇ ਵਿੱਚ ਦੋ ਪੰਗਤਾਂ ਲਾ ਦਿਓ, ਇੱਕ ਬ੍ਰਾਹਮਣ ਖੱਤਰੀਆਂ ਦੀ, ਇੱਕ ਸ਼ੂਦਰਾਂ ਦੀ। ਸੱਚੇ ਪਾਤਸ਼ਾਹ ਅੰਮ੍ਰਿਤ ਦੋ ਤਰ੍ਹਾਂ ਦਾ ਤਿਆਰ ਕਰ ਦਿਓ, ਜਦੋਂ ਸਾਨੂੰ ਅੰਮ੍ਰਿਤ ਛਕਾਉਣਾ ਹੈ ਨਾ ਉਦੋਂ ਵੱਖਰਾ ਛਕਾ ਦਿਆ ਕਰੋ, ਜਦੋਂ ਇਹਨਾਂ ਗਰੀਬਾਂ ਨੂੰ ਛਕਾਉਣਾ, ਨੀਵੀਂ ਜਾਤ ਵਾਲਿਆਂ ਨੂੰ, ਇਹਨਾਂ ਨੂੰ ਵੱਖਰਾ ਛਕਾ ਦਿਆ ਕਰੋ। ਮਹਾਰਾਜ ਇੰਨੀਆਂ ਸਾਡੀਆਂ ਸ਼ਰਤਾਂ ਨੇ, ਜੇ ਸ਼ਰਤਾਂ ਮੰਨ ਜਾਓ ਤੇ 22 ਧਾਰ ਦੇ 50 ਤੋਂ ਜ਼ਿਆਦਾ ਰਾਜੇ ਤੁਹਾਡੇ ਸਿੱਖ ਬਣ ਜਾਣਗੇ, ਤੁਹਾਡੇ ਚੇਲੇ ਬਣ ਜਾਣਗੇ। ਹੁਣ ਉੱਥੇ ਗਰੀਬ ਸਿੱਖ ਬੈਠੇ ਨੇ, ਉਹਨਾਂ ਦਾ ਦਿਲ ਧੜਕਿਆ ਕਿ ਸਤਿਗੁਰੂ ਇਹਨਾਂ ਦੀਆਂ ਸ਼ਰਤਾਂ ਮੰਨ ਲੈਣਗੇ। ਸਤਿਗੁਰੂ ਜੀ ਤਖ਼ਤ ਤੋਂ ਉੱਠ ਕੇ ਖਲੋਤੇ ਤੇ ਜਿਹੜੀਆਂ ਗੱਲਾਂ ਸਤਿਗੁਰਾਂ ਨੇ ਕਹੀਆਂ, ਜਿਹੜੇ ਬੋਲ ਸਤਿਗੁਰਾਂ ਨੇ ਕਹੇ, ਉਹ ਬੋਲ ਗੁਰੂ ਪਿਆਰ ਵਾਲਿਓ ਸ੍ਰੀ ਗੁਰਸੋਭਾ ਗ੍ਰੰਥ ਦੇ ਵਿੱਚ ਕਵੀ ਸੈਨਾਪਤੀ ਜੀ ਲਿਖਦੇ ਨੇ। ਫਰਮਾਇਆ ਸੱਚੇ ਪਾਤਸ਼ਾਹ ਨੇ, ਨਾਮ ਗਰੀਬ ਨਿਵਾਜ ਹਮਾਰਾ ਹੈ ਜਗ ਮੇ ਪ੍ਰਸਿੱਧ ਅਪਾਰਾ, ਜਗ ਮੈਂ ਇਹ ਸਫਲਾ ਤਬ ਥੈ ਹੈ, ਲਘੂ ਜਾਤ ਕੋ ਬਡਪਨ ਦੈ ਹੈ, ਜਿਨ ਕੀ ਵਰਨ ਜਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਹਿਣ ਲੱਗੇ ਜਾਓ ਏ ਹੰਕਾਰੀ ਰਾਜਿਓ, ਜਾਓ ਅਸੀਂ ਤੁਹਾਡੇ ਨਾਲ ਜਾਰੀ ਨਹੀਂ ਪਾਉਣੀ, ਤੁਹਾਡੇ ਨਾਲ ਸਾਂਝ ਨਹੀਂ ਪਾਉਣੀ। ਜਿਨ੍ਹਾਂ ਨੂੰ ਗਰੀਬ ਕਹਿੰਦੇ ਹੋ, ਇਨ ਗਰੀਬ ਸਿੱਖਣ ਕੋ ਮੈਂ ਦਿਉ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, ਇਹਨਾਂ ਦੇ ਸਿਰ ਤੇ ਕਲਗੀਆਂ ਲਾਵਾਂਗਾ। ਕਲਗੀਆਂ ਤੇ ਕੀ ਲੱਗੀਆਂ ਨਹੀਂ, ਕਲਗੀਆਂ ਸਾਡੇ ਸਿਰ ਤੇ ਕਲਗੀਆਂ ਲੱਗੀਆਂ। ਅੱਜ ਦਸਤਾਰ ਸਜਾ ਕੇ ਬੜੇ ਮਾਨ ਸਨਮਾਨ ਨਾਲ ਕਹਿੰਦੇ ਹਾਂ ਜੀ ਅਸੀਂ ਸਰਦਾਰ ਹੁੰਦੇ ਹਾਂ, ਜੇਬ 'ਚ ਭਾਵੇਂ 10 ਰੁਪਈਏ ਹੋਣ ਤਾਂ ਵੀ ਬੰਦਾ ਅਣਖ ਦੇ ਨਾਲ ਕਹਿੰਦਾ ਮੈਂ ਸਰਦਾਰ ਹਾਂ। ਕਿਉਂਕਿ ਇਹ ਸਰਦਾਰੀ ਪੈਸਿਆਂ ਦੀ ਨਹੀਂ, ਇਹ ਸਰਦਾਰੀ ਜਿਗਰੇ ਦੀ ਹੈ, ਇਹ ਸਰਦਾਰੀ ਅੰਦਰ ਦੀ ਹੈ, ਇਹ ਸਰਦਾਰੀ ਆਤਮਕ ਜੀਵਨ ਦੀ ਸਰਦਾਰੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਤਿਗੁਰਾਂ ਦੇ ਦਰ ਤੇ ਆਏ ਹਾਂ ਤੇ ਇੱਕ ਗੱਲ ਪੱਕੀ ਮੰਨ ਕੇ ਚੱਲੀਏ ਕਿ ਸਤਿਗੁਰਾਂ ਨੇ ਸਾਡੇ ਤੇ ਬਹੁਤ ਵੱਡੇ ਪਰਉਪਕਾਰ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ 4 ਸਾਲਾਂ ਦਾ ਪੋਤਾ ਆਪਣੀ ਗੋਦ ਵਿੱਚ ਪਵਾ ਕੇ ਸ਼ਹੀਦ ਕਰਵਾਇਆ ਹੈ। 5ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਨੇ ਆਪਣਾ ਬਲੀਦਾਨ, ਕੁਰਬਾਨੀ, ਸ਼ਹਾਦਤ ਕਿਉਂ ਦਿੱਤੀ?
एक आखिरी बेनती करके मैं फतेह बुला देनी है, समा थोड़ा रह गया है। वेखो धन गुरु गोबिंद सिंह साहब सच्चे पातशाह गरीब निवाज अमृत के दाते पंथ के वाली, अज आपां गुरु ग्रंथ साहब के सामने आके मत्था टेकिया। मेरिया भैणां बैठिया हो, मेरे सत्कारयोग वीर वड्डे बजुर्ग बैठे हो, अपने विचों कोई एक भी प्राणी ऐसा है जिन्हें गुरु साहब के कोलों कुछ ना कुछ मंगिया ना हो? असी तो ढेली मत्था टेक के हवेली मंगते हैं गुरु के कोलों, असी तो रुपये का मत्था टेक के कहने मेरी करोड़ की लाटरी निकल आए कि आप सारे मंगते नहीं, आप सारे मंगते कट्ठे होके आए हैं गुरु के दर से। भावें अरबपति बंदा हो ना, अरबपति जो इस दरवाजे से आता वह भी मंगता बन जाता है, वह भी मंगता। गरीब बंदा छोटा मंगता, अमीर बंदा ज्यादा वड्डा मंगता। हुण ध्यान दिओ, आपां मंगिया किसे भैण ने कहा कि मेरी झोली पुत दी दात बख्श के भर दिओ, किसे ने कहा मेरी देह अरोगता दिओ मेरा शरीर बीमार रहिंदा मैं राजी हो जावां, किसे ने कहा मेरा कारोबार चंगा चले सच्चे पातशाह जी वड्डी कार लैनी है महाराज कोठी पाउणी है महाराज विदेश का वीजा लग जाए मैनू पी आर मिल जाए, किन्ना कुछ मंगदे आप कि सतगुरु सानू दिंदे नहीं। साचे साहिबा क्या नाही घर तेरा, घर तां तेरा सब किश है जिस देहे सो पावे। गुरु ने सानू ट्रैक्टर दिते, जमीना दितियां, कारां दितियां, कोठियां दितियां, सारा कुछ दिता, ते सतगुरु कहिंदे ने पुत हुण खुश है, मारो झाती अपने अंदर खुश होए कदी आप दोक देनी खुश रहिने मुड़ के फिर उदां दे हो जाने, दोक देनी खुश रहिने फिर उदां दे हो जाने। पहला तो कहिंदे आ भी महाराज कितने वीजा लग जाए, बड़े खुश होए वीजा लग गया पहुंच गया उत्थे, हुण उत्थे जाके फिर सुखना सुखनी शुरू कर दिती, महाराज हुण कृपा करो पक्कियां वाले पेपर भी भरा दिओ नहीं तो कादी जिंदगी, हुण पी आर मिल जाए, पी आर मिल गई होया खुश, दिहाड़ी की रहा खुश, मुड़ के फिर उदां दा ही हो गया। महाराज हुण वड्डा घर लैणा आ करना जे कर, ये खुश हुंदा ही नहीं, ये बड़ा बेईमान है मन। सतगुरु कहिंदे पुत्रा तू जो मंगिया मैं तैनूं सारा कुछ ही दिता, कि नहीं दिता गुरु ने अपने दिल ते हाथ रखो कि गुरु ने नहीं दिता सारा कुछ ही दिता। ते सतगुरु कहिंदे ने ये चीजां ते तू मंगियां सी, ये चीजां ते तू मंग के लईयां सी, हुण एक चीज है जिहड़ी बिना मंगिया मैं अपने वल्लों अपनी खुशी दे नाल तेरी झोली विच पाउणा। सावधान होयो, वेखो असीं किड्डे नलायक आ। महाराज वो केड़ी दात है, कह लगे बड़ी कीमती दात है, वो बड़ी महंगी दात है, किन्नी महंगी दात है, करोड़ रुपये की, दस करोड़ की, मिलियन डालर की, किन्नी महंगी दात है। कह लगे पुत्रा हिसाब ला लै, एडी क महंगी दात है भाई मैनू भी वह चीज खरीद वास्ते किश्तां करनियां पईयां ने। धन गुरु गोबिंद सिंह साहब महाराज कहिंदे ने महाराज एडी महंगी चीज तुहानू भी किश्तां करनियां पईयां। अमीर बंदे ने गड्डी खरीदनी होवे ते नकद खरीद लैंदा है, गरीब बंदा मोटरसाइकिल भी किश्तां ते लैणा। महाराज किड्डी क महंगी चीज है तुहानू किश्तां करनियां पईयां। कहन लगे सुर नर मन जान अमृत खोज दे, सुर नर मन जान अमृत खोज दे, सुर नर मन जान। अमृत खोज दे सो अमृत गुर ते पाया, सो अमृत गुर ते पाया, सो अमृत अमृत गुर ते पाया। एक किड्डी महंगी चीज है गुरु गोबिंद सिंह महाराज ने किश्तां ते खरीदी है, बयाना दिता एडवांस देना पैंदा ना, एडवांस कोई चीज खरीदनी होवे कह लगे अपने पिता जी का सीस एडवांस विच दिता, एडवांस विच बयाना पहली किश्त दिती है अपने नौजवान पुत्र बाबा अजीत सिंह साहब बाबा जुझार सिंह साहब नूं जंग विच घल के, दूजी किश्त तारी है प्यारे अपने छोटे साहबजादे नूं सरहंद दीआं नीहां विच खिलार के
ਕਿਉਂਕਿ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ, ਮੈਂ ਤਾਂ ਬੇਨਤੀ ਕਰ ਰਿਹਾ। ਤੀਜੀ ਕਿਸ਼ਤ ਦਿੱਤੀ ਹੈ ਆਪਣੀ ਬਜ਼ੁਰਗ ਮਾਤਾ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਕੇ, ਤੇ ਮਗਰਲਾ ਵਿਆਜ ਵੱਟਾ ਜਿਹੜਾ ਰਹਿ ਗਿਆ ਨਾ, ਵਿਆਜ ਰਹਿ ਗਿਆ ਜਿਹੜਾ ਬੈਲੈਂਸ, ਉਹ ਸਤਿਗੁਰਾਂ ਨੇ ਆਪਣਾ ਆਪਾ ਕੁਰਬਾਨ ਕਰਕੇ ਦਿੱਤਾ ਜੀ। ਐਡੀ ਮਹਿੰਗੀ ਦਾਤ ਹੈ ਅੰਮ੍ਰਿਤ, ਐਡੀ ਮਹਿੰਗੀ ਦਾਤ। ਤੇ ਸਤਿਗੁਰੂ ਕਹਿੰਦੇ ਨੇ ਬੇਟਾ ਤੂੰ ਸਾਰਾ ਕੁਝ ਮੰਗਿਆ, ਕਾਰਾਂ ਕੋਠੀਆਂ ਮੈਂ ਤੇਰੀ ਝੋਲੀ ਵਿੱਚ ਪਾਈਆਂ, ਤੂੰ ਰੱਜਿਆ ਨਹੀਂ। ਬੇਟਾ ਮੈਂ ਇੱਕ ਚੀਜ਼ ਤੈਨੂੰ ਆਪਣੇ ਕੋਲੋਂ ਦੇਣੀ ਚਾਹੁੰਦਾ, ਇਹ ਚੀਜ਼ ਜੇ ਤੂੰ ਲੈ ਲਏਗਾ ਤੇ ਤੂੰ ਰੱਜ ਜਾਏਗਾ, ਇਹ ਚੀਜ਼ ਜੇ ਤੂੰ ਲੈ ਲਏਗਾ ਤੇ ਰੱਜ ਜਾਏਗਾ, ਓਦਾਂ ਨੀ ਤੂੰ ਰੱਜਣਾ, ਇਸ ਚੀਜ਼ ਨਾਲ ਰੱਜ ਜਾਏਗਾ। ਆਪਾਂ ਪੜ੍ਹਦੇ ਨਾ ਸਾਚੇ ਨਾਮ ਕੀ ਲਾਗੈ ਭੁੱਖ, ਉਹ ਭੁੱਖੇ ਖਾਏ ਚਲੀਏ ਦੁੱਖ ਸਾਰੇ ਦੁੱਖੀ ਦੂਰ ਹੋ ਗਏ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁੱਖ ਪਾਇਆ। ਉਹ ਦਾਤ ਅੰਮ੍ਰਿਤ ਦੀ ਦਾਤ ਜਦੋਂ ਸਾਡੀ ਝੋਲੀ ਲੱਗੇ ਨਾ ਪਾਉਣ, ਸੱਚੇ ਪਾਤਸ਼ਾਹ ਸਾਨੂੰ ਕਿਤੇ ਬਖਸ਼ ਲਈ, ਕਿਤੇ ਪਤਾ ਨਹੀਂ ਨਰਕਾਂ ਵਿੱਚ ਵੀ ਢੋਈ ਸਾਨੂੰ ਮਿਲਣੀ ਕਿ ਨਹੀਂ ਮਿਲਣੀ, ਲੱਗੇ ਅੰਮ੍ਰਿਤ ਦੀ ਦਾਤ ਸਾਡੇ ਗਰੀਬਾਂ ਦੀ ਝੋਲੀ ਪਾਉਣ। ਐਡੀ ਮਹਿੰਗੀ ਦਾਤ, ਮਾਨੋ ਕਿ ਮੰਗਤਾ ਮੰਗਦਾ ਫਿਰਦਾ ਠੂਠਾ ਲੈ ਕੇ, ਇੱਕ ਇੱਕ ਰੁਪਈਆ ਲੋਕ ਦਿੰਦੇ ਨੇ ਤੇ ਸਾਂਭ ਲੈਂਦਾ, ਖੁਸ਼ ਹੋ ਜਾਂਦਾ, ਕਿਸੇ ਨੇ ਕਰੋੜ ਰੁਪਈਏ ਦਾ ਚੈੱਕ ਉਹਦੇ ਠੂਠੇ 'ਚ ਪਾਇਆ ਤੇ ਉਹਨੇ ਕੱਢ ਕੇ ਬਾਹਰ ਸੁੱਟ ਦਿੱਤਾ। ਇਹ ਹਾਲਤ ਹੈ ਸਾਡੀ, ਅੰਮ੍ਰਿਤ ਦੀ ਦਾਤ ਸਾਡੀ ਝੋਲੀ ਪਾਈ ਪਿਆਰਿਓ। ਅਸਾਂ ਅਧਰਮੀਆਂ ਨੇ, ਪਾਪੀਆਂ ਨੇ, ਅਪਰਾਧੀਆਂ ਨੇ ਆਪਣੀ ਝੋਲੀ ਸਮੇਟ ਲਈ ਤੇ ਕਿਹਾ ਨਹੀਂ ਮਹਾਰਾਜ ਸਾਨੂੰ ਕਾਰ ਚਾਹੀਦੀ, ਕੋਠੀ ਚਾਹੀਦੀ, ਸਾਨੂੰ ਤੇ ਵਿਦੇਸ਼ ਦਾ ਵੀਜ਼ਾ ਚਾਹੀਦਾ, ਡਾਲਰ ਚਾਹੀਦੇ, ਪੌਂਡ ਚਾਹੀਦੇ, ਮਹਾਰਾਜੇ ਅੰਮ੍ਰਿਤ ਦੀ ਦਾਤ ਸਾਨੂੰ ਨਹੀਂ ਚਾਹੀਦੀ। ਐਡੀ ਵੱਡੀ ਨਲੈਕੀ, ਅੰਮ੍ਰਿਤ ਦੀ ਦਾਤ ਸਾਨੂੰ ਨਹੀਂ ਚਾਹੀਦੀ। ਤਾਂ ਮੈਂ ਬੇਨਤੀ ਕੀਤੀ ਸੀ ਗੁਰਮੁਖੋ, ਇਹ ਤੇ ਧਰਤੀ ਸਾਡੀ ਪਤਾ ਨਹੀਂ ਕਿੰਨੇ ਭਾਗਾਂ ਵਾਲੀ, ਕਿ ਦਸਾਂ ਪਾਤਸ਼ਾਹੀਆਂ ਨੇ ਇੱਥੇ ਅਵਤਾਰ ਧਾਰਿਆ, ਨਹੀਂ ਤੇ ਲੋਕ ਕਹਿੰਦੇ ਨੇ, ਵੱਡੇ ਵੱਡੇ ਵਿਦਵਾਨਾਂ ਨੇ ਕਿਹਾ ਜੇ ਕਿਤੇ ਗੁਰੂ ਨਾਨਕ ਸਾਹਿਬ ਇੰਗਲੈਂਡ ਵਿੱਚ ਪੈਦਾ ਹੋਏ ਤੇ ਪੂਰੀ ਦੁਨੀਆਂ ਦੇ ਲੋਕਾਂ ਨੇ ਖਾਲਸਾ ਸੱਜੇ ਹੋਣਾ ਸੀ। ਇਹ ਤੇ ਸਾਡੇ ਤੇ ਨਿਰਭਰ ਹੈ, ਅਸੀਂ ਅੱਜ ਅੰਮ੍ਰਿਤ ਦੀ ਦਾਤ ਲੈਣ ਤੋਂ ਇਨਕਾਰੀ ਹੋਏ ਹਾਂ। ਸੋ ਗੁਰੂ ਪਿਆਰਿਓ ਆਪਣੇ ਮਨ ਨੂੰ ਜਗਾ, ਮੇਰੇ ਮਨਾ ਜਾਗ, ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਓ ਸੰਗ ਹੀ ਸੋ ਪੀ ਸੰਗ ਨਾ ਹੋਇਆ। ਕਾਹਦੇ ਵਾਸਤੇ ਤੂੰ ਸਤਿਗੁਰਾਂ ਵੱਲ ਪਿੱਠ ਘੁਮਾ ਲਈ ਹੈ, ਤੇਰੀ ਹਾਲਤ ਇਹ ਸਰਦਾਰ ਵਾਲੀ ਗੁਰੂ ਨੇ ਬਣਾਈ ਹੈ, ਤੇ ਜੇ ਗੁਰੂ ਵੱਲੋਂ ਪਿੱਠ ਕਰ ਲਏਗਾ ਗੁਰੂ ਕੇ ਪਿਆਰ ਵਾਲਿਆ, ਫੇਰ ਤੇਰਾ ਕੀ ਬਣੇਗਾ ਤੂੰ ਸੋਚ ਵੀ ਨਹੀਂ ਸਕਦਾ, ਕਿੰਨਾ ਕੁ ਬੁਰਾ ਹਾਲ ਹੋਏਗਾ। ਅੱਜ ਵੇਖੀਦਾ ਆਪਣੇ ਘਰਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਗੁਰੂ ਨੇ ਸਭ ਤੋਂ ਕੀਮਤੀ, ਸਭ ਤੋਂ ਵਧੀਆ ਦਾਤ ਸਾਨੂੰ ਬਖਸ਼ੀ ਹੈ, ਪੰਜ ਕਕਾਰ ਬਖਸ਼ੇ ਨੇ, ਪੰਜ ਕਕਾਰ। ਆ ਮੇਰੇ ਨੌਜਵਾਨ ਵੀਰ ਬਾਣਾ ਧਾਰਨ ਕੀਤਾ ਤੇ ਸ੍ਰੀ ਸਾਹਿਬ ਜਦੋਂ ਗਲ ਵਿੱਚ ਪਾਈ, ਸਰੂਪ ਵੇਖੀਦਾ ਤੇ ਗਦਗਦ ਹੋ ਜਾਈਦਾ ਹੈ, ਦਰਸ਼ਨ ਕਰਕੇ ਧੰਨ ਹੋ ਜਾਈਦਾ ਹੈ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹਨਾਂ ਦੇ ਬਾਬਤ ਲਿਖਿਆ ਮਿਲਦਾ ਇਤਿਹਾਸ ਦੇ ਵਿੱਚ ਕਿ ਜਿਸ ਵੇਲੇ ਭਾਈ ਤਾਰੂ ਸਿੰਘ ਜੀ 12 ਕੁ ਵਰਿਆਂ ਦੇ ਨੇ ਤੇ ਇੱਕ ਦਿਨ ਆਪਣੇ ਖੂਹ ਤੋਂ ਭੱਜ ਕੇ ਆਏ, ਦੌੜ ਕੇ ਆਏ, ਆਉਂਦਿਆਂ ਸਾਰ ਮਾਂ ਨੂੰ ਜੱਫੀ ਪਾਈ ਤੇ ਕਿਹਾ ਮਾਂ ਅੱਜ ਮੈਨੂੰ ਬਹੁਤ ਖਜ਼ਾਨਾ ਲੱਭਾ ਈ, ਪੁੱਤ ਕੀ ਸੋਨੇ ਦੀਆਂ ਮੋਹਰਾਂ ਲੱਭ ਗਈਆਂ, ਹੀਰੇ ਲੱਭ ਗਏ, ਕੀ ਲੱਭਾ, ਨਹੀਂ ਮਾਂ ਇਹ ਤੋਂ ਵੀ ਵੱਡਾ ਖਜ਼ਾਨਾ, ਕੀ ਖਜ਼ਾਨਾ, ਉਹ ਖਜ਼ਾਨਾ ਮਾਂ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਹੋ ਗਏ। ਪੁੱਤਰਾ ਕੀ ਕਹਿ ਰਿਹਾ, ਕਲਗੀਆਂ ਵਾਲੇ ਪਾਤਸ਼ਾਹ ਦੇ ਦੀਦਾਰ ਹੋਏ ਨੇ, ਕਲਗੀਆਂ ਵਾਲੇ ਤੇ ਜੋਤੀ ਜੋਤ ਸਮਾ ਗਏ 40 ਸਾਲ ਪਹਿਲਾਂ, ਪੁੱਤਰਾ ਕੀ ਕਹਿ ਰਿਹਾ, ਕਲਗੀਆਂ ਵਾਲੇ ਦੇ ਦਰਸ਼ਨ ਹੋਏ ਤੇ ਹਲੂਣ ਕੇ ਕਹਿੰਦੇ ਮਾਂ ਤੂੰ ਭੁੱਲ ਗਈ ਹੈ, ਭਾਈ ਤਾਰੂ ਸਿੰਘ ਜੀ ਮਾਂ ਤੂੰ ਭੁੱਲ ਗਈ ਹੈ, ਤੂੰ ਮੈਨੂੰ ਸੁਣਾਉਂਦੀ ਨਹੀਂ ਰਹੀ ਨਿੱਕੇ ਹੁੰਦੇ ਤੋਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕਹਿ ਹੋ ਸਾਧ ਸਾਧ ਸੰਗਾ, ਮਾਂ ਅੱਜ ਕਲਗੀਆਂ ਵਾਲੇ ਦੇ ਖਾਲਸਿਆਂ ਦੇ ਦੀਦਾਰ ਮੈਨੂੰ ਆਪਣੇ ਖੂਹ ਤੇ ਹੋਏ, ਅੱਜ ਸਿੰਘ ਆਏ ਤੇ ਪੁੱਤਰਾ ਸੇਵਾ ਵੀ ਕੀਤੀ, ਹਾਂ ਮਾਂ ਮੈਂ ਜਲ ਛਕਾਇਆ, ਖੂਹ ਗੇੜਿਆ, ਉਹਨਾਂ ਨੇ ਇਸ਼ਨਾਨ ਕੀਤੇ ਤੇ ਫਿਰ ਮੈਂ ਪੁੱਛਿਆ ਕਿ ਖਾਲਸਾ ਜੀ ਭੁੱਖੇ ਹੋਵੋਗੇ ਪ੍ਰਸ਼ਾਦਾ, ਤੇ ਉਹਨਾਂ ਨੇ ਕਿਹਾ ਜਾ ਭਜੰਗੀਆ ਪ੍ਰਸ਼ਾਦਾ ਲੈ ਕੇ ਅਸੀਂ ਇੱਥੇ ਬਹਿੰਦੇ ਉਹਨਾਂ 'ਚ।
ਮਾਂ ਮੈਂ ਪ੍ਰਸ਼ਾਦਾ ਲੈਣ ਆਇਆ। ਉਹਦੇ ਜੀਵਨ ਦਾ ਨੁਹਾਰ ਪਲਟ ਗਈ, ਉਹ ਰੋਜ਼ ਦੀ ਮਰਿਆਦਾ ਬਣ ਗਈ। ਵੇਖੋ ਖਾਲਸੇ ਦੇ ਦੀਦਾਰ, ਆਪਾਂ ਕਹਿੰਦੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਤੇ ਅਸਾਂ ਕੀ ਕੀਤਾ, ਕੰਨ ਪੜਵਾ ਲੈ, ਮੈਨੂੰ ਮਾਫ਼ ਕਰਿਓ ਮੇਰੀਓ ਭੈਣੋ, ਨੱਕ ਪੜਵਾ ਲੈ, ਨੌਜਵਾਨ ਵੀਰਾਂ ਨੇ ਵੀ ਪੜਵਾ ਲਿਆ, ਤੇ ਗਲਾਂ ਦੇ ਵਿੱਚ ਸਾਨੂੰ ਸਰਬਲੋਹ ਦਾ ਕੜਾ ਦਿੱਤਾ ਸੀ, ਅਸੀਂ ਸੋਨੇ ਦਾ ਪਾ ਲਿਆ, ਮੁੰਦਰੀ ਪਾ ਲਈ, ਤੇ ਹੋ ਸਕਦਾ ਇਹਦਾ ਕੋਈ ਲਾਭ ਹੋਵੇ ਤਾਂ ਹੀ ਪਾਏ ਨਾ, ਹੋ ਸਕਦਾ ਇਹਦਾ ਕੋਈ ਲਾਭ ਹੋਵੇ ਤਾਂ ਹੀ ਆਪਾਂ ਪਾਉਂਦੇ ਹਾਂ। ਇੱਕ ਮਾਂ ਦਾ ਪੁੱਤ ਹੈ ਤੇ ਨਵਾਂ ਨਵਾਂ ਹੋਇਆ ਵਿਆਹ, ਨਵਾਂ ਨਵਾਂ ਵਿਆਹ ਹੋਇਆ ਹੈ ਤੇ ਪੁੱਤ ਤੇ ਨੌਂ ਗਏ ਨੇ ਕਿਤੇ ਵਾਂਢੇ ਦੂਰ, ਰਾਤ ਪੈ ਗਈ, ਸਮਾਂ ਵਾਹਵਾ ਹੋ ਗਿਆ। ਮਾਂ ਨੇ 10 ਵਾਰਾਂ ਫੋਨ ਲਾਇਆ ਪੁੱਤ ਨੂੰ, ਕਿਉਂ? ਮਾਂ ਕਹਿੰਦੀ ਪੁੱਤ ਹੁਣ ਹਨੇਰਾ ਹੋ ਚੱਲਿਆ, ਹੁਣ ਨਾ ਆਇਓ, ਸਵੇਰੇ ਆਇਓ। ਕਿਉਂ? ਕਹਿੰਦੀ ਰਾਹ ਮਾਹੌਲ ਬੜਾ ਖਰਾਬ ਹੈ, ਕਿਤੇ ਕੋਈ ਰਾਹ ਦੇ ਵਿੱਚ ਤੁਹਾਨੂੰ ਕੋਈ ਤੰਗੀ ਨਾ ਆਵੇ, ਰਾਹ ਦੇ ਵਿੱਚ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਤਕਲੀਫ ਨਾ ਸਹਿਣੀ ਪਏ, ਮੁਸੀਬਤ ਨਾ ਪੈ ਜਾਏ। ਭਲਾ ਕਿਹੜੀ ਗੱਲੋਂ, ਮੇਰੀਆਂ ਭੈਣਾਂ ਬੈਠੀਆਂ ਹੋ ਨਾ, ਭਲਾ ਕਿਹੜੀ ਗੱਲੋਂ? ਕਿਉਂਕਿ ਨੌਂ ਨੇ 4 ਤੋਲੇ ਸੋਨਾ ਪਾਇਆ ਹੋਇਆ ਤੇ ਪੁੱਤ ਨੇ ਕੜਾ ਪਾਇਆ ਤੇ ਮੁੰਦਰੀਆਂ ਪਾਈਆਂ, ਉਹ ਡਰਦੀ ਕਿਤੇ ਕੋਈ ਚੋਰ ਡਾਕੂ ਨਾ ਟੱਕਰ ਜਾਏ। ਧਿਆਨ ਦਿਓ, ਅਸਾਂ ਨਕਲੀ ਗਹਿਣੇ ਗਲ ਪਾਏ ਨੇ। ਆਪਾਂ ਕਹਿਣਾ ਜੀ ਅਸੀਂ ਤੇ ਅਸਲੀ ਸੋਨਾ ਪਾਇਆ ਹੋਇਆ, ਇਹ ਸੋਨਾ ਅਸਲੀ ਨਹੀਂ, ਇਹ ਨਕਲੀ ਹੈ। ਅਸਲੀ ਕੀ ਹੈ ਭਲਾ? ਇੱਕ ਸੜਕ ਤੇ ਖਲੋਤਾ ਇੱਕ ਬਦਮਾਸ਼, ਉਹਦੇ ਕੋਲ ਹਥਿਆਰ ਹੈ ਤੇ ਉਹ 2-3 ਜਾਣੇ ਖਲੋ ਕੇ ਇੰਤਜ਼ਾਰ ਕਰਦੇ ਨੇ, ਕੋਈ ਰਾਹਗੀਰ ਆਵੇਗਾ, ਉਹਨੂੰ ਲੁੱਟ ਲਵਾਂਗੇ, ਉਹਦੇ ਕੋਲੋਂ ਸੋਨਾ ਲਵਾਵਾਂਗੇ, ਉਹਦਾ ਮੋਟਰਸਾਈਕਲ ਖੋਵਾਂਗੇ, ਉਹਦਾ ਮੋਬਾਈਲ ਖੋ ਲਵਾਂਗੇ, ਲੁੱਟ ਲਵਾਂਗੇ। ਇੱਕ ਖਲੋਤਾ ਤੇ ਬਾਕੀ ਪਿੱਛੇ ਜਿੱਦਾਂ ਲੁਟੇਰੇ ਖਲੋਂਦੇ ਨੇ ਰਾਹ ਤੇ, ਉਹਨੇ ਆਵਾਜ਼ ਮਾਰੀ ਵੀ ਕੋਈ ਆਉਂਦਾ ਜੇ ਧਿਆਨ ਸਾਵਧਾਨ ਹੋ ਜਾਓ, ਤਿਆਰ ਹੋ ਜਾਓ। ਉਹ ਸਾਰੇ ਤਿਆਰ ਹੋ ਗਏ ਵੀ ਆ ਰਿਹਾ ਕੋਈ, ਲੁੱਟਣਾ ਆਪਾਂ ਉਹਨੂੰ। ਉਹ ਥੋੜ੍ਹਾ ਜਿਹਾ ਲਾਗੇ ਆਇਆ ਤੇ ਉਹ ਜਿਹੜਾ ਸੜਕ ਤੇ ਖਲੋਤਾ ਉਹ ਕਹਿੰਦਾ ਉਹ ਪਿੱਛੇ ਹੋ ਜਾਓ, ਪਿੱਛੇ ਹੋ ਜਾਓ, ਕਿਉਂ ਇਹਨੂੰ ਨਹੀਂ ਲੁੱਟਣਾ, ਕਿਉਂ ਇਹ ਤੇਰਾ ਰਿਸ਼ਤੇਦਾਰ ਹੈ। ਕਹਿੰਦਾ ਨਹੀਂ ਓਏ, ਨਿਹੰਗ ਸਿੰਘ ਆਉਂਦਾ ਹੀ ਕੋਈ, ਇਹਨੇ 3 ਫੁੱਟੀ ਕਿਰਪਾਨ ਗਾਤਰੇ ਪਾਈ ਹੋਣੀ, ਇਹਨੂੰ ਲੁੱਟ ਕੇ ਕਿਤੇ ਦੇਣੇ ਦੇ ਲੈਣੇ ਨਾ ਪੈ ਜਾਣ, ਇਹਨੂੰ ਨਹੀਂ ਲੁੱਟਣਾ, ਇਹਦੇ ਵੱਲ ਨਹੀਂ ਹੋਣਾ, ਕਿਉਂ 3 ਫੁੱਟੀ ਕਿਰਪਾਨ ਗਲ ਪਾਈ ਹੋਈ, ਇਹਦੇ ਕੋਲੋਂ ਕੀ ਲੱਭਣਾ, ਇਹ ਤੇ ਹਥਿਆਰ ਬੰਦ ਹੈ। ਕਹਿੰਦੇ ਕੋਈ ਨਿਹੱਥਾ ਜਿਹਾ ਆ ਲੈਣ ਦੇ, ਜਿਹਨੇ ਵਾਹਵਾ ਛਾਪਾਂ ਛੱਲੇ ਕੜੇ ਚੂੜੀਆਂ ਪਾਏ ਹੋਣ ਤੇ ਫੇਰ ਲੁੱਟਾਂਗੇ। ਸਾਧ ਸੰਗਤ ਜੀ, ਅਖਬਾਰਾਂ ਪੜ੍ਹਦੇ ਹੋ ਤੇ ਕਿੰਨੀਆਂ ਘਟੀਆ ਘਟੀਆ ਖਬਰਾਂ ਉਹਦੇ ਤੇ ਛਪਦੀਆਂ ਨੇ, ਤੇ ਜੇ ਕਿਸੇ ਭੈਣ ਨੇ ਗੱਲ ਕਲਗੀਆਂ ਵਾਲੇ ਦੀ ਦਿੱਤੀ ਕਿਰਪਾਨ ਪਾਈ ਹੋਵੇ, ਵੱਡੇ ਤੋਂ ਵੱਡੇ ਬਦਮਾਸ਼ ਦੀ ਕੀ ਜ਼ੁਰਤ ਹੈ ਮੈਲੀ ਅੱਖ ਕਰਕੇ ਉਹਦੇ ਵੱਲ ਇੱਕ ਵਾਰ ਵੀ ਵੇਖ ਜਾਏ। ਹੋ ਸਕਦਾ ਕਿ ਇਹ ਜੀ ਦਾਤਾਂ ਨੇ, ਇਹ ਬੜੀਆਂ ਕੀਮਤੀ ਦਾਤਾਂ ਨੇ, ਤੇ ਐਵੇਂ ਨਹੀਂ ਸਾਨੂੰ ਮਿਲ ਗਈਆਂ ਨੇ ਮੁਫ਼ਤ ਮੱਲੇ, ਸਾਨੂੰ ਇਹਦੀ ਕਦਰ ਕੋਈ ਨਹੀਂ। ਤੇ ਪੁੱਛੋ ਖਾਂ ਭਾਈ ਮਨੀ ਸਿੰਘ ਜੀ ਨੂੰ, ਉਹਨਾਂ ਨੇ ਬੰਦ ਕਟਵਾਇਆ ਹੈ। ਪੁੱਛੋ ਭਾਈ ਤਾਰੂ ਸਿੰਘ ਜੀ ਨੂੰ, ਉਹਨਾਂ ਨੇ ਖੋਪਰ ਲਵਾਇਆ ਹੈ। ਮੋਟੀ ਜੀ ਉਦਾਹਰਣ ਦਿਆਂ, ਪੁੱਤ ਜਵਾਨ ਹੋਇਆ ਤੇ ਉਹ ਕਹਿੰਦਾ ਪਾਪਾ ਜੀ ਆਹ ਗੱਡੀ ਪੁਰਾਣੀ ਵੇਚੋ ਪਰੇ ਤੇ ਨਵੀਂ ਲਈਏ। ਉਹ ਕਹਿੰਦਾ ਪੁੱਤ ਅਜੇ ਖਲੋਜਾ 4 ਸਾਲ। ਉਹ ਕਹਿੰਦਾ ਨਹੀਂ, ਮੈਨੂੰ ਲੋਕ ਮਖੌਲ ਕਰਦੇ ਨੇ, ਪੁਰਾਣੀ ਜੀ ਗੱਡੀ ਲਈ ਫਿਰਦੇ ਹੋ ਤੁਸੀਂ, ਇਹ ਗੱਡੀ ਮੈਨੂੰ ਨਹੀਂ ਚੰਗੀ ਲੱਗਦੀ, ਨਵੀਂ ਗੱਡੀ ਲਈਏ। ਤੇ ਪਿਓ ਹੱਸ ਕੇ ਕਹਿੰਦਾ ਪੁੱਤ ਤੈਨੂੰ ਨਹੀਂ ਪਤਾ, ਮੈਂ 10 ਸਾਲ ਕਿਸ਼ਤਾਂ ਲਾਈਆਂ ਇਹਦੀਆਂ, ਤੈਨੂੰ ਕੀ ਪਤਾ ਇਹ ਕਿਵੇਂ ਲਈ, ਮੈਂ 10 ਸਾਲ ਕਿਸ਼ਤਾਂ ਲਾਈਆਂ ਇਹਦੀਆਂ, ਤੈਨੂੰ ਇਹਦੇ ਮੁੱਲ ਦਾ ਨਹੀਂ ਪਤਾ ਇਹ ਕਿੱਡੀ ਮਹਿੰਗੀ ਹੈ, ਤੈਨੂੰ ਮੁਫ਼ਤ ਮੱਲੇ ਮਿਲ ਗਈ, ਤੈਨੂੰ ਤਾਂ ਰਾਸ ਨਹੀਂ ਆਉਂਦੀ। ਉਹਨਾਂ ਨੇ ਆਪਣੇ ਸਿਰ ਦਿੱਤੇ ਨੇ ਤੇ ਅੰਮ੍ਰਿਤ ਦੀ ਦਾਤ ਲਈ ਹੈ, ਅਸਾਂ ਲੋਕਾਂ ਨੂੰ ਮੁਫ਼ਤ ਮਿਲ ਗਿਆ, ਅਸਾਂ ਲੋਕਾਂ ਦੀ ਝੋਲੀ ਵਿੱਚ ਪੱਕੇ ਸੇਬ ਦੀ ਤਰ੍ਹਾਂ ਡਿੱਗ ਪਿਆ ਹੈ, ਅਸੀਂ ਇਨਕਾਰੀ ਹੋ ਗਏ ਹਾਂ। ਸੋ ਗੁਰੂ ਪਿਆਰ ਵਾਲਿਓ, ਜਿੰਨੇ ਵੀ ਆਪ ਗੁਰਸਿੱਖ ਬੈਠੇ ਹੋ, ਮਾਈਆਂ ਬੈਠੀਆਂ ਹੋ, ਭੈਣਾਂ ਬੈਠੀਆਂ ਹੋ, ਖਾਸ ਤੌਰ 'ਤੇ ਇਹ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ ਕਿ ਗੁਰਬਾਣੀ ਦੇ ਵਿੱਚ ਇੱਕ ਪਵਿੱਤਰ ਵਾਕ ਸਤਿਗੁਰਾਂ ਦਾ ਆਇਆ ਹੈ, ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇੱਕ ਬਚਨ ਸਤਿਗੁਰੂ ਅਮਰਦਾਸ ਸਾਹਿਬ ਨੇ ਕੀਤਾ, ਕਹਿ ਲੱਗੇ ਪ੍ਰਹਿਲਾਦ ਜਨ ਕੇ 21 ਕੁੱਲ ਉਧਾਰੇ। ਇਹ ਬਚਨ ਪੜ੍ਹ ਕੇ ਤੇ ਮੈਂ ਹੈਰਾਨ ਹੋ ਗਿਆ ਵੀ ਪ੍ਰਹਿਲਾਦ ਜਨ ਦੇ 21 ਕੁੱਲ ਉਧਾਰ ਦਿੱਤੇ, ਤੇ ਪ੍ਰਹਿਲਾਦ ਦੀਆਂ 21 ਕੁੱਲਾਂ ਦੀ ਗਿਣਤੀ ਕਰ ਲਓ, ਚਲੋ 21 ਕੁੱਲਾਂ ਦੀ ਗਿਣਤੀ ਕਰ ਲਓ, ਪਹਿਲੀ ਕੁੱਲ ਕਿਹੜੀ ਬਣਦੀ ਹੈ ਭਲਾ? ਉਹਦਾ ਪਿਓ, ਕਿਸੇ ਦਾ ਨਾਂ ਲਈ ਨੇ, ਕਹਿੰਦੇ ਫਲਾਨਾ ਸਿੰਘ ਸਨ ਆਫ
ਫਲਾਨਾ ਸਿੰਘ ਦੇ ਪਿਓ ਦਾ ਨਾਂ ਲੈਣੇ। ਪਹਿਲੀ ਕੁੱਲ ਕੌਣ ਬਣੀ ਜੀ? ਹਰਨਾਕਸ਼। ਕਿੱਡੀ ਹੈਰਾਨੀ ਦੀ ਗੱਲ, ਮਹਾਰਾਜ ਉਹ ਤੇ ਪਾਪੀ ਹੈ, ਉਹ ਤੇ ਦੁਰਾਚਾਰੀ ਹੈ। ਤੁਸਾਂ ਆਪ ਹੀ ਤੇ ਬਾਣੀ ਦੇ ਵਿੱਚ ਕਿਹਾ ਹਰਨਾਕਸ਼ ਦੁਸ਼ਟ ਹੈ ਤੇ ਉਹਨੂੰ ਪਰਮੇਸ਼ਰ ਨੇ ਮਾਰਿਆ ਨਰਸਿੰਘ ਦਾ ਰੂਪ ਧਾਰ ਕੇ, ਤੇ ਮਹਾਰਾਜ ਹਰਨਾਕਸ਼ ਵੀ ਤਰ ਗਿਆ। ਸਾਰੀ ਬਾਣੀ ਪੜ੍ਹ ਕੇ ਵੇਖੋ, ਕਿਤੇ ਇੱਕ ਵੀ ਤੁਕ ਤੁਹਾਨੂੰ ਲੱਭ ਜਾਏ ਜਿੱਥੇ ਲਿਖਿਆ ਹੋਵੇ ਵੀ ਹਰਨਾਕਸ਼ ਨਰਕਾਂ ਨੂੰ ਤੋਰ ਦਿੱਤਾ। ਕਿਤੇ ਲੱਭਿਆ ਜੇ, ਪੜ੍ਹਿਆ ਜੇ ਕਿਤੇ ਵੀ ਹਰਨਾਕਸ਼ ਜੰਮਣ ਮਰਨ ਦੇ ਗੇੜ ਵਿੱਚ ਪੈ ਗਿਆ, ਉਹ ਨਰਕਾਂ ਵੱਲ ਚਲਾ ਗਿਆ? ਬਿਲਕੁਲ ਨਹੀਂ। ਇਹ ਬਚਨ ਜ਼ਰੂਰ ਆਏ ਨੇ, ਪ੍ਰਹਿਲਾਦ ਜਨ ਕੇ 21 ਕੁੱਲ ਉਧਾਰੇ। ਹੈਰਾਨੀ ਦੀ ਗੱਲ ਹੈ, ਹਰਨਾਕਸ਼ ਵਰਗਾ ਪਾਪੀ ਵੀ ਤਰ ਗਿਆ। ਤੇ ਤਰ ਕਿਉਂ ਗਿਆ? ਕਿਉਂਕਿ ਉਹਦੇ ਘਰ ਵਿੱਚ ਪ੍ਰਹਿਲਾਦ ਪੈਦਾ ਹੋ ਗਿਆ ਸੀ। ਘਰ ਹਰਨਾਕਸ਼ ਦੈਂਤ ਦੇ, ਕੱਲਰ ਕਮਲ ਸੋ ਭਗਤ ਪ੍ਰਹਿਲਾਦ। ਕਈ ਵੀਰ ਮੈਨੂੰ ਆ ਕੇ ਕਹਿੰਦੇ ਵੀ ਸਾਡਾ ਮਨ ਕਰਦਾ ਹੈ ਅੰਮ੍ਰਿਤ ਛਕੀਏ, ਪਰ ਏਡੀ ਬਿਮਾਰੀ ਲੱਗ ਗਈ ਸਾਨੂੰ ਆ ਨਸ਼ੇ ਦੀ, ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਣੋ ਡੀਠੀ। ਇਹ ਚੰਦਰੀ ਸ਼ਰਾਬ ਛੁੱਟਦੀ ਨਹੀਂ, ਬਿਲਕੁਲ ਨਹੀਂ ਛੁੱਟਦੀ। ਕਈ ਭੈਣਾਂ, ਕਈ ਕਹਿੰਦੇ ਜੀ ਸਾਡੇ ਕੋਲ ਆਹ ਆਦਤ ਨਹੀਂ ਛੁੱਟਦੀ, ਆ ਆਦਤ ਨਹੀਂ ਛੁੱਟਦੀ, ਗੁਰੂ ਕਿਰਪਾ ਕਰੇ ਸਾਡੀਆਂ ਆਦਤਾਂ ਛੁਡਾ ਦੇ। ਜੇ ਨਹੀਂ ਵੀ ਨਾ ਛੁੱਟਦੀਆਂ, ਇੱਕ ਬੇਨਤੀ ਜ਼ਰੂਰ ਚੇਤੇ ਰੱਖਿਓ, ਘੱਟੋ ਘੱਟ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਦਿਵਾ ਦਿਓ, ਆਪਣੇ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਦਿਵਾ ਦਿਓ, ਉਹਨਾਂ ਦਾ ਜੀਵਨ ਗੁਰਮਤ ਵਾਲਾ ਬਣਾ ਦਿਓ, ਨਿਤਨੇਮ ਵਾਲਾ ਬਣਾ ਦਿਓ, ਉਹਨਾਂ ਦਾ ਜੀਵਨ ਗੁਰਸਿੱਖੀ ਵਾਲਾ ਬਣਾ ਦਿਓ। ਜੇ ਤੁਹਾਡੇ ਬੱਚਿਆਂ ਦਾ ਜੀਵਨ ਗੁਰਸਿੱਖੀ ਵਾਲਾ ਹੋ ਗਿਆ, ਤੁਹਾਡੀ ਮਿਹਨਤ ਦੇ ਨਾਲ, ਜੇ ਤੁਹਾਡੀ ਮੁਸ਼ਕਤ ਦੇ ਨਾਲ ਤੁਹਾਡੇ ਬੱਚਿਆਂ ਦਾ ਜੀਵਨ ਗੁਰਮਤ ਵਾਲਾ ਹੋ ਗਿਆ, ਤੇ ਚੇਤੇ ਰੱਖੋ ਭਾਵੇਂ ਕਰੋੜ ਪਾਪ ਕਿਉਂ ਨਾ ਅਸਾਂ ਕੀਤੇ ਹੋਣ ਜੀਵਨ ਦੇ ਵਿੱਚ, ਉਹ ਲੇਖਾ ਜੋਖਾ ਕਿਸੇ ਨਹੀਂ ਕਰਨਾ। ਮੇਰੇ ਕਲਗੀਆਂ ਵਾਲੇ ਬਾਪੂ ਨੇ ਸਾਰੇ ਵਰਕੇ ਪਾੜ ਕੇ ਸੁੱਟ ਦੇਣੇ, ਇੱਕ ਵੀ ਨਹੀਂ ਰਹਿਣਾ, ਭਾਵੇਂ ਕਰੋੜ ਪਾਪ ਕੀਤੇ ਨੇ। ਕੱਟੇ ਪਾਪ ਅਸੰਖ ਨਾਮੈ ਇੱਕ ਕਣੀ। ਸੋ ਸਮਾਂ ਕਰੀਬ ਕਰੀਬ ਮੇਰਾ ਹੋ ਗਿਆ ਹੈ, ਤਾਂ ਮੈਂ ਆਪਣੇ ਸਮੇਂ ਤੋਂ ਬਹੁਤਾ ਬਾਹਰ ਨਾ ਜਾਵਾਂ, ਕਿਉਂਕਿ ਗੁਰੂ ਸਵਾਰੇ ਢਾਡੀ ਸਿੰਘ ਆ ਚੁੱਕੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆ ਜਿੰਨੇ ਕੁ ਬਚਨ ਆਪਾਂ ਵਿਚਾਰੇ ਨੇ ਨਾ ਗੁਰੂ ਸਵਾਰਿਓ, ਇਹਦਾ ਸਿੱਟਾ, ਇਹਦਾ ਭਾਵ, ਇਹਦਾ ਨਿਚੋੜ ਇੰਨਾ ਹੀ ਹੈ ਵੀ ਅਸੀਂ ਗਰੀਬ ਰੁਲਦੇ ਫਿਰਦੇ ਸਾਂ ਮਿੱਟੀ ਘੱਟੇ ਦੇ ਵਿੱਚ, ਸਾਨੂੰ ਕੋਈ ਉੱਚਾ ਨਹੀਂ ਸੀ ਉੱਠਣ ਦਿੰਦਾ। ਧੰਨ ਗੁਰੂ ਨਾਨਕ ਸਾਹਿਬ ਨੇ 10 ਜਾਮੇ ਧਾਰੇ ਤੇ ਸਾਨੂੰ ਗਰੀਬਾਂ ਨੂੰ ਚਿੱਕੜ ਦੇ ਵਿੱਚੋਂ, ਗੰਦਗੀ ਦੇ ਵਿੱਚੋਂ, ਪਤਾਲ ਦੇ ਵਿੱਚੋਂ ਕੱਢ ਕੇ ਲਿਆਂਦਾ, ਫਿਰ ਸਾਨੂੰ ਅੰਮ੍ਰਿਤ ਦੀ ਧਾਰਾ ਦੇ ਵਿੱਚ ਇਸ਼ਨਾਨ ਕਰਵਾ ਕੇ, ਨਵਾ ਕੇ, ਸਾਫ ਸੁਥਰੇ ਕਰਕੇ, ਤੇ ਕੀ ਕਰ ਦਿੱਤਾ? ਕਹਿਣ ਲੱਗੇ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕੀਨਿਓ ਗੁਰਤਾ ਗੱਦੀ ਦੇ ਦਿੱਤੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਦੇ ਵਿੱਚ, ਤੇ ਤਾਬਿਆ ਦੇ ਵਿੱਚ ਪੰਜਾਂ ਪਿਆਰਿਆਂ ਦੇ ਅੱਗੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਪ ਵੀ ਹੱਥ ਅੱਡ ਲਏ ਸੀ। ਵੇਖੋ ਕਿੱਡੀ ਵਡਿਆਈ, ਉਹ ਦਾਤ ਹੈ, ਉਹਨੂੰ ਸੰਭਾਲਾਂਗੇ ਤੇ ਜੀਵਨ ਸੌਖਾ ਹੈ। ਜੇ ਨਹੀਂ ਸੰਭਾਲਾਂਗੇ, ਭਾਵੇਂ ਕਰੋੜਪਤੀ, ਭਾਵੇਂ ਅਰਬਪਤੀ, ਭਾਵੇਂ ਖਰਬਪਤੀ, ਚੇਤੇ ਰੱਖਿਓ 4 ਜੀ ਘਰ ਦੇ ਵਿੱਚ ਨੇ ਤੇ 7-8 ਕਮਰੇ ਨੇ। ਕਾਹਦੇ ਵਾਸਤੇ? ਕਹਿੰਦੇ ਇਕੱਲੇ ਇਕੱਲੇ ਜਾਣੇ ਦਾ ਇਕੱਲਾ ਇਕੱਲਾ ਕਮਰਾ, ਤੇ ਬਾਕੀ ਆਏ ਗਏ ਵਾਸਤੇ, ਕੋਲ ਬਹਿਣਾ ਸਾਨੂੰ ਨਸੀਬ ਨਹੀਂ ਹੁੰਦਾ। ਤੋ ਸਤਿਗੁਰੂ ਖਿਮਾ ਕਰਨ, ਸਾਨੂੰ ਬਖਸ਼ ਲੈਣ, ਸਾਡੇ ਅਪਰਾਧ ਸਾਡੇ ਪਾਪ ਨਾ ਚਿਤਾਰਨ, ਆਪਣੇ ਦਰ ਘਰ ਤੋਂ ਨਾਮ ਦੀ, ਗੁਰਸਿੱਖੀ ਦੀ, ਅੰਮ੍ਰਿਤ ਦੀ ਦਾਤ ਬਖਸ਼ਣ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਦੇ ਚਰਨਾਂ ਵਿੱਚ ਕੋਟਾਨ ਕੋਟ ਨਮਸਕਾਰ ਹੈ। ਜਿਨ੍ਹਾਂ ਨੇ ਅਜੇ ਨਹੀਂ ਛਕਿਆ, ਭਾਈ ਮਨ ਨੂੰ ਤਿਆਰ ਕਰੀਏ, ਗੁਰੂ ਦੇ ਜਾਜੇ ਚੜੀਏ। ਬਹੁਤ ਬਹੁਤ ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਬਹੁਤ ਧੰਨਵਾਦ ਹਾਂ ਮੈਂ ਆਪਣੇ ਵੱਡੇ ਵੀਰਾਂ ਦਾ, ਭਾਈ ਸਾਹਿਬ ਭਾਈ ਜਤਿੰਦਰਪਾਲ ਸਿੰਘ ਜੀ ਜਿਹੜੇ ਪ੍ਰਧਾਨ ਸਾਹਿਬ ਨੇ, ਔਰ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਇਸ ਹਲਕੇ ਦੇ ਮੈਂਬਰ ਪ੍ਰਤੀਨਿਧ ਜਥੇਦਾਰ ਸਰਵਣ ਸਿੰਘ ਜੀ ਕੁਲਾਰ, ਉਹਨਾਂ ਦਾ ਜਿਨ੍ਹਾਂ ਨੇ ਹੁਕਮ ਲਾਇਆ ਔਰ ਦਾਸ ਨੂੰ ਆਪ ਗੁਰਸਿੱਖ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅਸੀਸ ਦਿੰਦੇ ਹੋਏ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।